ਕਿਹਦੇ ਨਾਲ ਸੈਟਿੰਗ ਹੋਈ ਹੋਏਗੀ ਉਹਨਾਂ ਦੀ? ਕੈਪਟਨ ਸਾਹਿਬ ਦੀ ਸੈਟਿੰਗ ਉਹਨਾਂ ਦੇ ਨਾਲ 2017 ਦੀ ਹੋਈ। ਲੱਗਦਾ ਇੰਨਾ ਸੌਖਾ ਨਹੀਂ ਸੀਗਾ ਕਿ ਬਾਦਲ ਪਰਿਵਾਰ ਲਈ ਜਾਂ ਸ਼੍ਰੋਮਣੀ ਅਕਾਲੀ ਦਲ ਲਈ ਵੀ ਬੀਜੇਪੀ ਛੱਡਣਾ। ਮੈਨੂੰ ਲੱਗਦਾ ਤੁਸੀਂ ਵੀ ਸਮਝਾਇਆ ਹੋਏਗਾ, ਦੱਸਿਆ ਹੋਏਗਾ ਕਿ ਕੀ ਕਿਸ ਤਰ੍ਹਾਂ ਨੁਕਸਾਨ ਹੋ ਸਕਦਾ ਬੀਜੇਪੀ ਨੂੰ ਛੱਡਣਾ ਹੀ ਪਏਗਾ। ਤੁਹਾਡੀ ਭੂਮਿਕਾ ਕੀ ਰਹੀ? ਦੇਖੋ, ਅਸੀਂ ਨਹੀਂ ਜਾਣਦੇ ਸੀ ਅਸੀਂ ਸਦੀ 25 ਸਾਲ ਦੀ ਅਲਾਇੰਸ ਪਾਰਟਨਰ ਵਾਜਪਾਈ ਜੀ ਨਾਲ ਕਿੰਨੇ ਵਧੀਆ ਰਿਸ਼ਤੇ ਸੀ ਸਾਡੇ। ਅਸੀਂ ਬਿਲਕੁਲ ਨਹੀਂ ਛੱਡਣਾ ਸੀ, ਲੇਕਿਨ ਤੁਸੀਂ ਮੈਨੂੰ ਦੱਸੋ ਸਾਡੇ ਕੋਲ ਚਾਰਾ ਕੀ ਸੀ? 25 ਸਾਲ ਪੁਰਾਣੇ ਅਲਾਇੰਸ ਨੂੰ ਅੱਜ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਤੁਸੀਂ ਵੱਡੇ ਨੇਤਾ ਅਕਾਲੀ ਦਲ ਦੇ ਮਿਸ ਕਰ ਰਹੇ ਨੇ ਬੀਜੇਪੀ ਨੂੰ ਅੱਜ ਪੰਜਾਬ 'ਚ। ਉਹ ਮੈਂ ਕਹੂੰ ਜਿਸ ਤਰ੍ਹਾਂ ਬੜਾ ਸਾਫ਼ ਸਾਫ਼ ਦੱਸਿਆ, ਅਕਾਲੀ ਦਲ ਅਤੇ ਬਾਦਲ ਸਾਹਿਬ ਜਿਸਦਾ ਵੀ ਹੱਥ ਫੜਦਾ ਫਿਰ ਛੱਡਦਾ ਨਹੀਂ। ਹੁਣ ਸਾਡਾ ਸਮਝੌਤਾ BSP ਨਾਲ ਹੋ ਗਿਆ। ਕੇਜਰੀਵਾਲ ਜੀ ਤਾਂ ਦਿੱਲੀ ਬੈਠੇ ਨੇ, ਉੱਥੋਂ ਡੋਰ ਖਿੱਚਣਾ ਚਾਹੁੰਦੇ ਨੇ। ਪੰਜਾਬੀ ਮੰਗਦਾ ਹੈ ਪੰਜਾਬੀ ਸਰਕਾਰ, ਪੰਜਾਬ ਦੀ ਸਰਕਾਰ ਜਿਹੜੀ ਪੰਜਾਬ ਦੇ ਹਿੱਤਾਂ ਦਾ ਸੋਚ ਸਕੇ, ਇੱਕ ਸਟਰੋਂਗ ਸਰਕਾਰ। ਇਹ ਇਲਜ਼ਾਮ ਤੁਹਾਡੇ 'ਤੇ ਵੀ ਤਾਂ ਲੱਗਦੇ ਰਹੇ, ਤੁਹਾਡੀ ਪਾਰਟੀ ਦੇ ਸੀਨੀਅਰ ਲੀਡਰ ਚਾਹੇ ਉਹ ਬ੍ਰਹਮਪੁਰਾ ਸਾਹਿਬ ਹੋਣ ਚਾਹੇ ਉਹ ਢੀਂਡਸਾ ਸਾਹਿਬ ਹੋਣ, 2017 ਤੋਂ ਬਾਅਦ ਉਹ ਹੁਣ ਉਹ ਵੀ ਤੁਹਾਡੇ ਨਾਲ ਨਹੀਂ ਹੈਗੇ, 2022 'ਚ ਉਹ ਵੀ ਤੁਹਾਡੇ ਨਾਲ ਨਹੀਂ ਹੋਣਗੇ। ਉਹ ਇਲਜ਼ਾਮ ਇਹ ਵੀ ਲਾਉਂਦੇ ਰਹੇ ਕਿ ਬਾਦਲ ਪਰਿਵਾਰ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਂਦਾ। ਬੇਸ਼ੱਕ ਤੁਸੀਂ ਦਿੱਲੀ ਵਾਲਿਆਂ ਦੀ ਗੱਲ ਕਰ ਰਹੇ ਹੋ, ਤੁਹਾਡੇ 'ਤੇ ਇਲਜ਼ਾਮ ਲੱਗਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ ਉਹ ਸਿਰਫ ਲੰਬੀ ਤੋਂ ਚੱਲ ਰਹੀ ਹੈ, ਬਾਦਲ ਤੋਂ ਚੱਲ ਰਹੀ ਹੈ, ਬਾਦਲ ਪਰਿਵਾਰ ਹੀ ਚਲਾ ਰਿਹਾ। ਨਰੇਸ਼ ਗੁਜਰਾਲ ਪੰਜਾਬ ਦੀ ਰਾਜਨੀਤੀ 'ਚ ਵਾਪਸੀ ਕਰ ਰਹੇ ਨੇ। ਮੈਂ ਕਦੀ ਵੀ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਸੀ, ਮੈਂ ਹਮੇਸ਼ਾ ਪਾਰਟੀ ਦਾ ਦਿੱਲੀ ਵਿੱਚ ਨੁਮਾਇੰਦਾ ਸੀ, ਉਹ ਰੋਲ ਮੇਰਾ ਹੁਣ ਵੀ ਰਹੇਗਾ। ਚੈਲੇਂਜ ਬੜਾ ਵੱਡਾ ਹੈ ਸ਼੍ਰੋਮਣੀ ਅਕਾਲੀ ਦਲ ਲਈ, BJP ਤੋਂ ਅੱਡ ਹੋ ਕੇ ਤੁਸੀਂ ਮੈਦਾਨ 'ਚ ਜਾਣਾ, ਬੇਸ਼ੱਕ BSP ਦੇ ਨਾਲ ਜਾ ਰਹੇ ਹੋ, ਕਾਂਗਰਸ ਨੇ ਐਨ ਮੌਕੇ 'ਤੇ ਆ ਕੇ ਆਖਰੀ ਓਵਰ 'ਚ ਜਿਹੜਾ ਛੱਕਾ ਮਾਰਿਆ ਉਹਦੇ ਨਾਲ, ਫਿਰ ਤੁਸੀਂ ਹੁਣ ਆਪਣੇ ਵਿਕਟਾਂ ਕਿਵੇਂ ਡਗਾਓਗੇ? ਜਿਹੜਾ ਬੋਲਿੰਗ ਤੁਸੀਂ ਕਰ ਰਹੇ ਹੋ ਕਿਵੇਂ ਆਪਣੇ ਆਪ ਨੂੰ ਵਾਪਸ ਲੈ ਕੇ ਆਓਗੇ? ਹੁਣ ਕੀ ਰਣਨੀਤੀ ਹੈ ਤੁਹਾਡੀ? ਮਹਿਸੂਸ ਹੋ ਰਿਹਾ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨਸ ਕਾਫੀ ਰੋਮਾਂਚਕ ਹੋਣ ਜਾ ਰਹੇ ਨੇ। ਕਾਂਗਰਸ ਨੇ ਐਨ ਮੌਕੇ 'ਤੇ ਆ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। 2017 ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਹੁਣ ਜ਼ਬਰਦਸਤ ਤਰੀਕੇ ਦੇ ਨਾਲ ਐਕਟਿਵ ਹੋ ਗਈ ਹੈ। BJP ਅਤੇ ਕੈਪਟਨ ਅਮਰਿੰਦਰ ਸਿੰਘ ਦਾ ਅਲਾਇੰਸ ਹੋਣ ਜਾ ਰਿਹਾ ਹੈ, ਔਰ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਲਈ, ਜਿਨ੍ਹਾਂ ਨੇ ਅੱਜ ਆਪਣੇ 100 ਸਾਲ ਪੂਰੇ ਕੀਤੇ ਨੇ। BJP ਤੋਂ ਬਿਨਾਂ ਅੱਜ ਮੈਦਾਨ 'ਚ ਸ਼੍ਰੋਮਣੀ ਅਕਾਲੀ ਦਲ 2017 ਦੇ ਘਾਟੇ ਨੂੰ ਵੀ ਪੂਰਾ ਕਰਨਾ ਹੈ ਅਤੇ ਦਾਅਵਾ ਵੀ ਇਹਨਾਂ ਦਾ ਸਰਕਾਰ ਬਣਾਉਂਦਾ ਹੈ। ਅੱਜ ਅਸੀਂ ਚਰਚਾ ਕਰਾਂਗੇ ਉਸ ਸ਼ਖਸ ਦੇ ਨਾਲ ਜੋ ਪਰਦੇ ਦੇ ਪਿੱਛੇ ਰਹਿ ਕੇ ਵੀ ਸ਼੍ਰੋਮਣੀ ਅਕਾਲੀ ਦਲ ਲਈ ਕਈ ਵੱਡੀ ਰਣਨੀਤੀਆਂ ਬਣਾਉਂਦੇ ਨੇ। ਰਾਜ ਸਭਾ MP ਨੇ ਨਰੇਸ਼ ਗੁਜਰਾਲ, ਗੁਜਰਾਲ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ TV 'ਤੇ। ਜਿਵੇਂ ਮੈਂ ਕਿਹਾ ਕਿ ਚੈਲੇਂਜ ਬੜਾ ਵੱਡਾ ਹੈ ਸ਼੍ਰੋਮਣੀ ਅਕਾਲੀ ਦਲ ਲਈ, BJP ਤੋਂ ਅੱਡ ਹੋ ਕੇ ਤੁਸੀਂ ਮੈਦਾਨ 'ਚ ਜਾਣਾ, ਬੇਸ਼ੱਕ BSP ਦੇ ਨਾਲ ਜਾ ਰਹੇ ਹੋ, ਕਾਂਗਰਸ ਨੇ ਐਨ ਮੌਕੇ 'ਤੇ ਆ ਕੇ ਆਖਰੀ ਓਵਰ 'ਚ ਜਿਹੜਾ ਛੱਕਾ ਮਾਰਿਆ ਉਹਦੇ ਨਾਲ, ਫਿਰ ਤੁਸੀਂ ਹੁਣ ਆਪਣੇ ਵਿਕਟਾਂ ਕਿਵੇਂ ਡਗਾਓਗੇ? ਜਿਹੜਾ ਬੋਲਿੰਗ ਤੁਸੀਂ ਕਰ ਰਹੇ ਹੋ, ਕਿਵੇਂ ਆਪਣੇ ਆਪ ਨੂੰ ਵਾਪਸ ਲੈ ਕੇ ਆਓਗੇ? ਹੁਣ ਕੀ ਰਣਨੀਤੀ ਹੈ ਤੁਹਾਡੀ? ਦੇਖੋ, ਸਾਨੂੰ ਛੱਡਣਾ ਕਿਉਂ ਪਿਆ BJP ਨੂੰ, ਪਹਿਲੇ ਤਾਂ ਉਸ ਗੱਲ ਦੀ ਗੱਲ ਕਰਨੇ ਆ। ਅਸੀਂ 25 ਸਾਲ ਦੇ ਇਹਨਾਂ ਦੇ NDA ਦੇ ਪਾਰਟਨਰ ਸੀਗੇ, ਲੇਕਿਨ ਜਿਸ ਵੇਲੇ 3 ਕਾਲੇ ਕਾਨੂੰਨ ਲੈ ਕੇ ਆਏ, ਅਸੀਂ ਇਹਨਾਂ ਨੂੰ ਬਹੁਤ ਵਾਰਨਿੰਗ ਦਿੱਤੀਆਂ, ਬਹੁਤ ਸਮਝਾਇਆ ਕਿ ਪੰਜਾਬ ਨੂੰ ਖਤਮ ਹੋ ਕਰ ਦੇਗੀ ਇਹ ਜਿਹੜੀ ਤੁਹਾਡੀ ਰਾਜਨੀਤੀ ਹੈ। ਉਸ ਵੇਲੇ ਸਰਕਾਰ ਨੇ ਸਾਡੀ ਗੱਲ ਨਹੀਂ ਮੰਨੀ, ਅਸੀਂ ਸਾਰਿਆਂ ਨੇ ਪਾਰਲੀਮੈਂਟ ਵਿੱਚ ਵੀ ਅਪੋਜ਼ ਕੀਤਾ। ਮੈਂ ਉਸ ਵੇਲੇ ਇਹ ਵੀ ਕਿਹਾ ਸੀ ਇਹਨਾਂ ਨੂੰ ਕਿ ਇਸ ਚਿੰਗਾਰੀ ਨੂੰ ਅੱਗ ਵਿੱਚ ਨਾਲ ਇੱਕ ਦਿਨ ਤਬਦੀਲ ਹੋ ਜਾਵੇ, ਪਹਿਲੇ ਰੋਕ ਲਓ, ਇਹਨੂੰ ਸਿਲੈਕਟ ਕਮੇਟੀ ਵਿੱਚ ਭੇਜ ਦਿਓ। ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਹੁਣ ਇਹਨਾਂ ਨੂੰ ਵਾਪਸ ਲੈਣਾ ਪਿਆ ਅਤੇ ਸਾਨੂੰ NDA ਛੱਡਣਾ ਪਿਆ। ਲੇਕਿਨ ਸਾਡਾ ਕੋਈ ਨੁਕਸਾਨ ਨਹੀਂ, ਕਿਉਂਕਿ ਹੁਣ ਅਸੀਂ ਜਿਹੜਾ BSP ਨਾਲ ਸਮਝੌਤਾ ਕੀਤਾ ਹੈ, ਤੁਹਾਨੂੰ ਮੈਂ ਇੱਕ ਵਾਰ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖੋ, 1996 ਵਿੱਚ ਸਾਡਾ 96 ਵਿੱਚ ਜਿਸ ਵੇਲੇ ਉਹਨਾਂ ਦੇ ਨਾਲ ਸਮਝੌਤਾ ਹੋਇਆ ਸੀ, ਅਸੀਂ 11 ਲੋਕ ਸਭਾ ਦੀ ਸੀਟਾਂ ਦੇ ਉੱਤੇ ਸਮਝੌਤਾ ਕੀਤਾ ਅਤੇ ਉਸ ਵੇਲੇ 8 ਸੀਟਾਂ ਅਕਾਲੀ ਦਲ ਜਿੱਤਿਆ ਅਤੇ 3 ਸੀਟਾਂ BSP ਜਿੱਤੀ, ਯਾਨੀ 100% ਅਸੀਂ ਸੀਟਾਂ ਜਿੱਤੇ, ਕਿਉਂਕਿ ਦੋਨਾਂ ਦੀ ਵੋਟ ਟ੍ਰਾਂਸਫਰੇਬਲ ਹੈ, ਸਾਡੀ ਵੋਟ ਵੀ ਟ੍ਰਾਂਸਫਰੇਬਲ ਹੈ, BSP ਦੀ ਵੋਟ ਵੀ ਟ੍ਰਾਂਸਫਰੇਬਲ ਹੈ, ਨੰਬਰ 1। ਨੰਬਰ 2, ਸਾਡੀ ਜਿਤਨੀ ਵੀ ਨੀਤੀਆਂ ਨੇ ਸੋਸ਼ਲ
ਜਿਹੜਾ ਪ੍ਰੋਗਰਾਮ ਬਾਦਲ ਸਾਹਿਬ ਦੇ ਸੀ ਉਹ ਹਮੇਸ਼ਾ ਪ੍ਰੋ ਪੂਰ ਰਹੇ ਨੇ ਗਰੀਬਾਂ ਦੇ ਹੱਕ ਵਿੱਚ, ਗਰੀਬਾਂ ਦੇ ਹਿੱਤਾਂ ਵਿੱਚ, ਭਾਵੇਂ ਆਟਾ ਦਾਲ ਸਕੀਮ ਜਿਹੜਾ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਅਤੇ ਅੱਜ ਸਾਰੇ ਦੇਸ਼ ਨੇ ਉਹਨੂੰ ਅਪਣਾਇਆ। ਇਹ ਕੇਜਰੀਵਾਲ ਜੀ ਮੁਫਤ ਬਿਜਲੀ ਦੀ ਗੱਲ ਕਰਦੇ ਨੇ, ਬਾਦਲ ਸਾਹਿਬ ਨੇ ਤਾਂ ਦਲਿਤਾਂ ਨੂੰ ਮੁਫਤ ਬਿਜਲੀ 15 ਸਾਲ ਪਹਿਲੇ ਦੇ ਦਿੱਤੀ ਸੀ। ਬਾਦਲ ਸਾਹਿਬ ਪਹਿਲੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ। ਸ਼ਗਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ। ਸਕੋਲਰਸ਼ਿਪਸ ਜਿਹੜੀ ਹੁਣ ਬੰਦ ਹਨ ਦਲਿਤ ਬੱਚਿਆਂ ਲਈ, ਬੱਚਿਆਂ ਲਈ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ। ਸੋ ਇਸ ਕਰਕੇ ਸਾਡੀ ਪਾਰਟੀ ਦਾ ਹਮੇਸ਼ਾ ਪ੍ਰੋ ਪੂਅਰ ਇੱਕ ਸੋਸ਼ਲ ਪ੍ਰੋਗਰਾਮ ਰਿਹਾ। ਇਹੀਓ ਕਾਂਸ਼ੀ ਰਾਮ ਜੀ ਚਾਹੁੰਦੇ ਸੀ, ਇਹੀਓ ਭੈਣ ਮਾਇਆਵਤੀ ਜੀ ਚਾਹੁੰਦੇ ਨੇ। ਸੋ ਸਾਡਾ ਇੱਕ ਇਨ ਏ ਵੇ ਨੈਚੁਰਲ ਅਲਾਇੰਸ ਹੈ ਅਤੇ ਕਿਉਂਕਿ ਅੱਜ ਵੀ ਪੰਜਾਬ ਵਿੱਚ ਹਾਲਾਂਕਿ ਉਹ ਬਹੁਤ ਐਕਟਿਵ ਨਹੀਂ ਰਹੇ ਇਸ ਸਾਲ, ਲੇਕਿਨ ਇੱਕ ਵਾਰ ਤੁਸੀਂ ਪਿਛਲੇ ਚੋਣ ਦਾ ਦੇਖ ਲਓ ਰਿਜ਼ਲਟ, ਖਾਸ ਕਰ ਦੁਆਬੇ ਵਿੱਚ ਅਤੇ ਕਿੰਨੀ ਵੋਟਾਂ ਉਹਨਾਂ ਨੂੰ ਪਈਆਂ। ਅਤੇ ਜਿਹੜੀ ਸਾਡੀ ਘਾਟ ਬੀਜੇਪੀ ਦੀ ਹੋਏਗੀ ਉਸ ਤੋਂ ਜ਼ਿਆਦਾ ਸਾਡਾ ਮਾਰਜਨ ਬੀ ਐੱਸ ਪੀ ਮੇਕਅਪ ਕਰ ਰਿਹਾ। ਦਾਅਵਾ ਕਰਦੇ ਹੋ ਕਿ ਬੀ ਐੱਸ ਪੀ ਜੋ 7% 2017 'ਚ ਬੀਜੇਪੀ ਦਾ ਵੋਟ ਸ਼ੇਅਰ ਸੀਗਾ ਉਸ ਤੋਂ ਵੱਧ 7% ਤੋਂ ਵੱਧ ਬੀ ਐੱਸ ਪੀ ਵੋਟ ਸ਼ੇਅਰ ਤੁਹਾਨੂੰ ਲੈ ਕੇ ਦੇ ਸਕਦਾ। ਚਲੋ ਬੀ ਐੱਸ ਪੀ ਦੇ ਨਾਲ ਅਲਾਇੰਸ ਤੁਹਾਡਾ ਕਿੰਨਾ ਕੰਮ ਰਹੇਗਾ? ਤੁਸੀਂ 7% ਦੀ ਕਿਸ ਤਰ੍ਹਾਂ ਗੱਲ ਕਰਦੇ ਹੋ? ਮੇਰਾ ਦਾਅਵਾ ਹੈ ਪਿਛਲੀ ਵਾਰ ਕਾਂਗਰਸ ਨੂੰ 37-38% ਵੋਟ ਪਈ, ਸਾਨੂੰ 31% ਵੋਟ ਪਈ, ਲੇਕਿਨ ਸਾਡਾ 3-4% ਦਾ ਨੁਕਸਾਨ ਬੀਜੇਪੀ ਨੇ ਕਰਾਇਆ ਕਿਉਂਕਿ ਬੀਜੇਪੀ ਨੂੰ ਇਹ ਖਤਰਾ ਸੀ ਕਿ ਕਿਤੇ ਆਮ ਆਦਮੀ ਸਰਕਾਰ ਨਾ ਬਣਾ ਲਏ ਅਤੇ ਰਾਤੋਂ ਰਾਤ ਉਹਨਾਂ ਨੇ ਆਪਣੀ ਵੋਟ ਕਾਂਗਰਸ ਨੂੰ ਟ੍ਰਾਂਸਫਰ ਕਰ, ਬੜਾ ਵੱਡਾ ਦਾਅਵਾ ਕਰ ਰਹੇ ਹੋ, ਧੋਖਾ ਕੀਤਾ ਉਹਨਾਂ ਨੇ ਸਾਡੇ ਨਾਲ ਇੱਕ ਅਲਾਇੰਸ ਪਾਰਟਨਰ, 25-25 ਸਾਲ ਦਾ ਅਲਾਇੰਸ ਪਾਰਟਨਰ। 2017 'ਚ ਵੀ ਤੁਹਾਡੇ ਨਾਲ ਧੋਖਾ ਹੋਇਆ, ਖੁਦ ਬਿਲਕੁਲ ਵੋਟਾਂ ਟ੍ਰਾਂਸਫਰ ਕਰਾਈਆਂ। ਜੇ ਵੋਟਾਂ ਟ੍ਰਾਂਸਫਰ ਨਾ ਕੀਤੀਆਂ ਹੁੰਦੀਆਂ ਤਾਂ ਸਾਡਾ ਵੋਟ ਸ਼ੇਅਰ 34-35% ਹੁੰਦਾ, ਲਗਭਗ ਜਿਹੜਾ ਫਰਕ ਹੁੰਦਾ 1% ਦਾ ਹੁੰਦਾ। 3% ਵੋਟ ਸ਼ੇਅਰ ਜਿਹੜਾ ਬੀਜੇਪੀ ਘੱਟੋ ਘੱਟ ਦੀ ਝੋਲੀ 'ਚ ਪਾਤਾ, ਘੱਟੋ ਘੱਟ ਉਹਨਾਂ ਦੀ 80 ਸੀਟਾਂ ਬਣ ਗਈਆਂ। ਬਿਲਕੁਲ, ਅਤੇ ਅਸੀਂ 27 ਸੀਟਾਂ ਥੋੜ੍ਹੇ ਜਿਹੇ ਮਾਰਜਨ 'ਤੇ ਹਾਰੇ, ਤਾਂ ਕਰਕੇ ਅਸੀਂ 16 'ਤੇ ਆਏ। ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬੀ ਐੱਸ ਪੀ ਦੇ ਨਾਲ ਜਿਹੜਾ ਸਾਡਾ ਸਮਝੌਤਾ ਹੋ ਰਿਹਾ ਉਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਏਗਾ। ਕਾਂਗਰਸ ਕੈਪਟਨ ਸਾਹਿਬ ਨੂੰ ਕੱਢਣ ਦੇ ਬਾਅਦ ਬਿਲਕੁਲ ਤਿੱਤਰ ਬਿੱਤਰ ਹੋ ਗਈ ਹੈ। ਮੁੱਖ ਮੰਤਰੀ ਇੱਕ ਗੱਲ ਕਰਦਾ, ਸ਼ਾਮ ਨੂੰ ਸਿੱਧੂ ਸਾਹਿਬ ਦੂਜੀ ਗੱਲ ਕਰਦੇ ਨੇ। ਇੱਥੇ ਇੱਕ ਗੱਲ ਮੈਂ ਹੋਰ ਕਹਾਂਗਾ, ਪੰਜਾਬ ਅਤੇ ਪੰਜਾਬੀ ਅਣਖ 'ਤੇ ਜਿੱਤਾ ਹੈ, ਉਹਨਾਂ ਨੂੰ ਪਸੰਦ ਦੀ ਗੱਲ ਨਾਂ ਵਿੱਚ ਤਾਂ ਇਹਨਾਂ ਨੇ ਇੱਕ ਦਲਿਤ ਨੂੰ ਚੀਫ ਮਿਨਿਸਟਰ ਬਣਾ ਦਿੱਤਾ ਹੈ, ਲੇਕਿਨ ਉਹ ਮੁੱਖ ਮੰਤਰੀ ਨਹੀਂ, ਉਹ ਗੁਲਾਮ ਹੈ। ਉਹਦਾ ਜਿਹੜਾ ਮਾਲਿਕ ਹੈ, ਜਿਹੜਾ ਹੁਕਮ ਦਿੰਦਾ, ਉਹ ਦਿੱਲੀ ਬੈਠੀ ਗਾਂਧੀ ਪਰਿਵਾਰ ਹੈ। ਇਹੋ ਜਿਹੀ ਰਾਜਨੀਤੀ ਪੰਜਾਬੀ ਨੂੰ ਪਸੰਦ ਨਹੀਂ। ਤੁਸੀਂ ਕਹਿ ਰਹੇ ਹੋ ਕਿ 2017 ਦੇ ਵਿੱਚ ਬੀਜੇਪੀ ਨੇ ਵੋਟ ਟ੍ਰਾਂਸਫਰ ਕਰਾਤੀ, ਇਸ ਗੱਲ ਦਾ ਤੁਹਾਨੂੰ ਪਤਾ ਕਦੋਂ ਲੱਗਿਆ, ਤੁਹਾਡੀ ਪਾਰਟੀ ਨੂੰ ਕਦੋਂ ਪਤਾ ਲੱਗਿਆ? ਕਿਉਂਕਿ ਉਸ ਤੋਂ ਬਾਅਦ ਵੀ 2019 ਦੇ ਵਿੱਚ ਵੀ ਤੁਸੀਂ ਇਕੱਠਿਆਂ ਨੇ ਇਲੈਕਸ਼ਨ ਲੜਿਆ, ਫਿਰ ਕਿਉਂ ਨਹੀਂ ਉਦੋਂ ਕਿਉਂ ਨਹੀਂ ਤੁਸੀਂ ਅੱਡ ਹੋਣ ਦਾ ਸੋਚਿਆ ਕਿ ਇੰਨਾ ਵੱਡਾ ਨੁਕਸਾਨ ਤੁਹਾਨੂੰ ਬੀਜੇਪੀ ਨੇ ਦਿੱਤਾ ਸੀ? ਠੀਕ ਹੈ, ਸਾਨੂੰ ਉਸੇ ਵੇਲੇ ਪਤਾ ਲੱਗ ਗਿਆ ਸੀ, ਮੈਂ ਅਤੇ ਸੁਖਬੀਰ ਬਾਦਲ ਅਸੀਂ ਉਸ ਵੇਲੇ ਆਪ ਇਹ ਗੱਲ ਅਰੁਣ ਜੇਟਲੀ ਅਤੇ ਅਮਿਤ ਸ਼ਾਹ ਨਾਲ ਉਠਾਈ ਸੀ। ਉਹਨਾਂ ਨੇ ਕੀ ਜਵਾਬ ਸੀ? ਉਹਨਾਂ ਦਾ ਪਹਿਲੇ ਇਨਕਾਰ ਕੀਤਾ, ਬਾਅਦ ਚੁੱਪ ਕਰ ਗਏ, ਲੇਕਿਨ ਸਾਨੂੰ ਪਤਾ ਹੈ, ਮਤਲਬ ਮੰਨ ਗਏ, ਮੰਨੇ ਚੁੱਪੀ ਨਾਲ, ਤੁਸੀਂ ਮਹਿਸੂਸ ਕਰਦੇ ਹੋ ਕਿ ਮੰਨ ਗਏ ਸੀਗੇ? ਚੁੱਪੀ ਸੀ, ਤੁਸੀਂ ਆਪ ਗੈਸ ਕਰ ਲਓ, ਲੇਕਿਨ ਇਹ ਹੋਇਆ। ਕਿਹਦੇ ਨਾਲ ਸੈਟਿੰਗ ਹੋਈ ਹੋਏਗੀ ਉਹਨਾਂ ਦੀ? ਕੈਪਟਨ ਅਮਰਿੰਦਰ ਸਿੰਘ ਤੇ ਜਿਸ ਤਰ੍ਹਾਂ ਆਰੋਪ ਉਹਨਾਂ ਦੀ ਪਾਰਟੀ ਲਾਉਂਦੇ ਸੀ ਉਦੋਂ 2017 ਦੇ ਵਿੱਚ ਸੈਟਿੰਗ ਤਦ ਦੀ ਹੋਈ ਹੈ, ਇਹ ਕੋਈ ਨਈ ਸੈਟਿੰਗ ਨਹੀਂ ਹੈਗੀ। ਕੈਪਟਨ ਸਾਹਿਬ ਦੀ ਸੈਟਿੰਗ ਉਹਨਾਂ ਦੇ ਨਾਲ 2017 ਦੀ ਹੋਈ ਸੀ। ਵਿਰੋਧੀ ਕਹਿੰਦੇ ਕਿ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਸੈਟਿੰਗ ਸੀਗੀ, ਤੁਸੀਂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੇ ਨਾਲ ਸੈਟਿੰਗ ਸੀਗੀ। ਸਾਡੀ ਕਦੀ ਕੈਪਟਨ ਸਾਹਿਬ ਨਾਲ ਸੈਟਿੰਗ ਹੋ ਹੀ ਨਹੀਂ ਸਕਦੀ ਜੋ ਉਹਨਾਂ ਨੇ ਬਾਦਲ ਸਾਹਿਬ ਤੇ ਸੁਖਬੀਰ ਬਾਦਲ ਨਾਲ ਕੀਤਾ ਸੀ। ਤੁਹਾਨੂੰ ਯਾਦ ਹੋਏਗਾ ਕਿਸ ਤਰ੍ਹਾਂ ਇਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਸੀ, ਇਤਨਾ ਗੰਦਾ ਜੇਲ੍ਹ ਸੀ ਜਿੱਥੇ ਇਹਨਾਂ ਨੂੰ 5-6 ਦਿਨ ਰੱਖਿਆ ਗਿਆ। ਸੁਪਰੀਮ ਕੋਰਟ ਤੋਂ ਸਾਨੂੰ ਰਾਹਤ ਮਿਲੀ, ਸਿਰਫ ਉਹਨਾਂ ਨਾਲ ਤਾਂ ਕਦੀ ਸੈਟਿੰਗ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੀਜੇਪੀ ਨਾਲ ਸੀ, ਹਾਂਜੀ ਬੀਜੇਪੀ ਨਾਲ ਪੂਰੀ ਸੈਟਿੰਗ ਸੀਗੀ ਕੈਪਟਨ ਸਾਹਿਬ, ਕੈਪਟਨ ਸਾਹਿਬ ਦੀ ਸੀ। ਹੁਣ ਕਾਂਗਰਸ ਵਿੱਚ ਦੋ ਧੜੇ ਬਣ ਗਏ ਨੇ, ਇੱਕ ਕੈਪਟਨ ਦਾ ਧੜਾ ਅਤੇ ਇੱਕ ਜਿਹੜੀ ਸੋ ਕਾਲਡ ਓਫੀਸ਼ੀਅਲ ਕਾਂਗਰਸ ਹੈ, ਲੇਕਿਨ ਉਹਦੇ ਵੀ ਹਾਲੇ ਕਈ ਟੁਕੜੇ ਟੁਕੜੇ ਹੋਣਗੇ। ਤੁਸੀਂ ਇੱਕ ਵਾਰ ਕੋਡ ਲੱਗਣ ਦਿਓ
ਅਤੇ ਟਿਕਟਾਂ ਵੰਡਣ ਦਿਓ। ਬੜੇ ਵੱਡੇ ਵੱਡੇ ਖੁਲਾਸੇ ਕਰਦੇ ਹੋ ਗੁਜਰਾਲ ਸਾਹਿਬ, ਜਦੋਂ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਬੜੀ ਸਪਸ਼ਟ ਜਿਹੀ ਗੱਲ ਹਮੇਸ਼ਾ ਕਰਦੇ ਹੋ। ਮੈਂ ਫਿਰ 6-7 ਮਹੀਨੇ ਪਹਿਲਾਂ ਪਿੱਛੇ ਲੈ ਕੇ ਜਾਂਦਾ ਤੁਹਾਨੂੰ, ਕਿਉਂਕਿ ਤੁਸੀਂ ਅਕਸਰ ਦਿੱਲੀ ਦੇ ਵਿੱਚ, ਮੈਂ ਤੁਹਾਨੂੰ ਕਿਹਾ ਕਿ ਤੁਸੀਂ ਪਰਦੇ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਲਈ ਵੱਡੀਆਂ ਰਣਨੀਤੀਆਂ ਵੀ ਬਣਾਉਂਦੇ ਹੋ ਔਰ ਦਿੱਲੀ ਦੇ ਵਿੱਚ ਵੀ ਉਹਨਾਂ ਦੇ ਵੱਡੇ ਨੁਮਾਇੰਦੇ ਹੋ ਇੱਕ। ਤਾਂ ਜਦੋਂ ਅਲਾਇੰਸ ਟੁੱਟਣ ਦੀ ਗੱਲ ਆਈ ਹੈ, ਅਲਾਇੰਸ ਤੋੜਨ ਦੀ ਗੱਲ ਆਈ ਹੈ, ਜਦੋਂ ਕੈਬਨਿਟ 'ਚੋਂ ਹਰਸਿਮਰਤ ਕੌਰ ਬਾਦਲ ਦਾ ਇਸਤੀਫੇ ਦੀ ਗੱਲ ਆਈ, ਕਿਉਂਕਿ ਤੁਸੀਂ ਜਦੋਂ ਅਲਾਇੰਸ ਸੀਗੇ ਉਦੋਂ ਵੀ ਖੁੱਲ੍ਹ ਕੇ ਬੋਲਦੇ ਸੀਗੇ ਕਿ ਬੀਜੇਪੀ ਆਪਣੇ ਅਲਾਇੰਸ ਪਾਰਟਨਰਸ ਨੂੰ ਪੂਰੀ ਜੋ ਇੰਪੋਰਟੈਂਸ ਉਹ ਨਹੀਂ ਦਿੰਦਾ। ਅਤੇ ਫਿਰ ਇਹ ਅਲਾਇੰਸ ਟੁੱਟਣ ਦੀ ਗੱਲ ਮੈਨੂੰ ਲੱਗਦਾ ਕਿ ਗੁਜਰਾਲ ਸਾਹਿਬ ਤੁਹਾਡੇ ਤੋਂ ਸ਼ੁਰੂ ਹੋਈ, ਕਦੋਂ ਮਹਿਸੂਸ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਤੋਂ ਅੱਡ ਹੋ ਜਾਣਾ ਚਾਹੀਦਾ? ਕਿਉਂਕਿ ਪਹਿਲੇ ਉਹਨਾਂ ਨੇ ਖੁਦ 3 ਖੇਤੀ ਕਾਨੂੰਨਾਂ ਦੀ ਪ੍ਰਚਾਰ ਕਰਦੇ ਰਹੇ, ਫਿਰ ਉਸ ਤੋਂ ਬਾਅਦ ਇੱਕਦਮ ਅਸਤੀਫਾ ਦਿੱਤਾ, ਫਿਰ ਅਲਾਇੰਸ ਵੀ ਟੁੱਟ ਗਿਆ। ਨਰੇਸ਼ ਗੁਜਰਾਲ ਦੀ ਭੂਮਿਕਾ ਕੀ ਸੀ ਉਦੋਂ? ਦੇਖੋ, ਗੱਲ ਬੜੀ ਸਾਫ਼ ਸੀ। ਜਿਸ ਵੇਲੇ ਆਰਡੀਨੈਂਸ ਕੈਬਨਿਟ ਵਿੱਚ ਆਇਆ, ਹਰਸਿਮਰਤ ਬਾਦਲ ਨੇ ਖੁੱਲ੍ਹ ਕੇ ਉਹਦਾ ਵਿਰੋਧ ਕੀਤਾ ਉੱਥੇ ਕਿ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ, ਅਤੇ ਖਾਸ ਕਰ ਅਕਾਲੀ ਦਲ ਜਿਹੜਾ ਮੈਂ ਕਹਾਂਗਾ ਕਿਸਾਨਾਂ ਦੀ ਪਾਰਟੀ, ਸਾਡਾ ਕਾਡਰ ਸਾਰਾ ਕਿਸਾਨ ਹੈ, ਸਾਡੀ ਲੀਡਰਸ਼ਿਪ ਸਾਰੀ ਕਿਸਾਨ ਹੈ, ਉਹਨਾਂ ਨੇ ਉਸ ਵੇਲੇ ਖੁੱਲ੍ਹ ਕੇ ਵਿਰੋਧ ਕੀਤਾ। ਅਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਅਸੀਂ ਜਿਸ ਵੇਲੇ ਇਸ ਬਿੱਲ ਨੂੰ ਲੈ ਕੇ ਆਵਾਂਗੇ, ਉਸ ਤੋਂ ਪਹਿਲੇ ਤੁਹਾਨੂੰ ਕੰਸਲਟ ਕਰਾਂਗੇ, ਜਿਹੜੇ ਵੀ ਤੁਹਾਡੇ ਸ਼ੱਕ ਹੋਣਗੇ ਉਹ ਦੂਰ ਕਰਾਂਗੇ, ਤੁਹਾਨੂੰ ਪੁੱਛੇ ਬਿਨਾਂ ਇਹਨੂੰ ਪਾਰਲੀਮੈਂਟ ਵਿੱਚ ਨਹੀਂ ਲੈ ਕੇ ਜਾਵਾਂਗੇ। ਲੇਕਿਨ ਇੱਕ ਹੋਰ ਧੋਖਾ ਸਾਡੇ ਨਾਲ ਹੋਇਆ, ਬਿਨਾਂ ਸਾਨੂੰ ਦੱਸੇ ਇਹ ਬਿੱਲ ਪਾਰਲੀਮੈਂਟ ਵਿੱਚ ਆ ਗਿਆ। ਜਿਸ ਵੇਲੇ ਬਿੱਲ ਪਾਰਲੀਮੈਂਟ ਵਿੱਚ ਆ ਗਿਆ ਅਤੇ ਐਕਟ ਬਣਨਾ ਸੀ, ਉਸ ਵੇਲੇ ਤਾਂ ਸਾਨੂੰ ਵਿਰੋਧ ਕਰਨਾ ਹੀ ਸੀ। ਉਸ ਵੇਲੇ ਅਸੀਂ ਫੈਸਲਾ ਕੀਤਾ ਕਿ ਹੁਣ ਸਾਡਾ ਬੀਜੇਪੀ ਨਾਲ ਨਹੀਂ ਚੱਲ ਸਕਦੀ ਅਤੇ ਅਸੀਂ NDA ਛੱਡਤਾ। ਮੈਨੂੰ ਲੱਗਦਾ ਇੰਨਾ ਸੌਖਾ ਨਹੀਂ ਸੀਗਾ ਕਿ ਬਾਦਲ ਪਰਿਵਾਰ ਲਈ ਜਾਂ ਸ਼੍ਰੋਮਣੀ ਅਕਾਲੀ ਦਲ ਲਈ ਵੀ ਬੀਜੇਪੀ ਛੱਡਣਾ। ਮੈਨੂੰ ਲੱਗਦਾ ਤੁਸੀਂ ਵੀ ਸਮਝਾਇਆ ਹੋਏਗਾ, ਦੱਸਿਆ ਹੋਏਗਾ ਕਿ ਕੀ ਕਿਸ ਤਰ੍ਹਾਂ ਨੁਕਸਾਨ ਹੋ ਸਕਦਾ ਹੈ, ਬੀਜੇਪੀ ਨੂੰ ਛੱਡਣਾ ਹੀ ਪਏਗਾ। ਤੁਹਾਡੀ ਭੂਮਿਕਾ ਕੀ ਰਹੀ ਉਦੋਂ? ਨਹੀਂ ਦੇਖੋ, ਅਸੀਂ ਨਹੀਂ ਜਾਣਦੇ ਸੀ ਅਸੀਂ ਛੱਡੀਏ। 25 ਸਾਲ ਦੀ ਅਲਾਇੰਸ ਪਾਰਟਨਰ ਵਾਜਪਾਈ ਜੀ ਨਾਲ ਇਤਨੇ ਵਧੀਆ ਰਿਸ਼ਤੇ ਸੀ ਸਾਡੇ, ਅਸੀਂ ਬਿਲਕੁਲ ਨਹੀਂ ਛੱਡਣਾ ਸੀ। ਲੇਕਿਨ ਤੁਸੀਂ ਮੈਨੂੰ ਦੱਸੋ ਸਾਡੇ ਕੋਲ ਚਾਰਾ ਕੀ ਸੀ? ਜਿਸ ਵੇਲੇ ਸਾਡੇ ਉੱਤੇ ਅਟੈਕ ਸੀ, ਜੇ ਤੁਸੀਂ ਕਿਸਾਨਾਂ 'ਤੇ ਅਟੈਕ ਕਰਦੇ ਹੋ ਤਾਂ ਤੁਸੀਂ ਅਕਾਲੀ ਦਲ ਦੇ ਉੱਤੇ ਅਟੈਕ ਕਰਦੇ ਹੋ। ਅਤੇ ਜਿਸ ਵੇਲੇ ਸਾਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਪੁੱਛੇ ਬਿਨਾਂ ਜਿਹੜੇ ਵੀ ਕਿਸਾਨਾਂ ਦੇ ਇਸ਼ੂਜ਼ ਹੋਣਗੇ ਅਸੀਂ ਤੁਹਾਨੂੰ ਕੰਸਲਟ ਕਰਾਂਗੇ, ਤੁਹਾਡੀ ਰਾਏ ਲਵਾਂਗੇ, ਫਿਰ ਅਸੀਂ ਬਿੱਲ ਲੈ ਕੇ ਆਵਾਂਗੇ ਸੰਸਦ ਵਿੱਚ, ਸਾਨੂੰ ਪਿੱਛੇ ਬਿਲਕੁਲ ਸਾਨੂੰ ਨਹੀਂ ਪੁੱਛਿਆ ਗਿਆ। ਅਤੇ ਇੱਕਦਮ ਬਿੱਲ ਸੰਸਦ ਵਿੱਚ ਪੇਸ਼ ਹੋ ਗਿਆ ਅਤੇ ਸਾਡੇ ਕੋਲ ਕੋਈ ਚੋਇਸ ਹੀ ਨਹੀਂ। ਫਿਰ ਇਹ ਮਨਾਉਣਾ ਪਿਆ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਉਹਨਾਂ ਦਾ ਆਪਣਾ ਡਿਸੀਜ਼ਨ ਕੀ ਆ ਫਿਰ ਜਿੱਦਾਂ ਤੁਸੀਂ ਤੁਹਾਨੂੰ ਮੈਂ ਪੁੱਛ ਰਿਹਾ ਕਿ ਤੁਸੀਂ ਤੁਹਾਨੂੰ ਦੱਸਣਾ ਪਿਆ ਫੀਡ ਕਰਨਾ ਪਿਆ ਤੁਹਾਨੂੰ? ਨਹੀਂ ਮੇਰਾ ਕੋਈ ਦੇ ਵਿੱਚ ਕਲੈਕਟਿਵ ਡਿਸੀਜ਼ਨ ਸੀ, ਇੱਕ ਦੂਜੇ ਨਾਲ ਸਲਾਹ ਮਸ਼ਵਰਾ ਹੋਇਆ। ਸਾਡੀ ਕੋਰ ਕਮੇਟੀ ਬੈਠੀ, ਕੋਰ ਕਮੇਟੀ ਦਾ ਵੀ ਇਹੀ ਫੈਸਲਾ ਸੀ, ਬਾਦਲ ਸਾਹਿਬ ਦਾ ਵੀ ਇਹੀ ਫੈਸਲਾ ਸੀ, ਸੁਖਬੀਰ ਬਾਦਲ ਦਾ ਵੀ ਇਹੀ ਫੈਸਲਾ ਸੀ। ਇਹਦੇ ਵਿੱਚ ਕੋਈ ਇੱਕ ਵਿਅਕਤੀ ਨਹੀਂ ਫੈਸਲਾ ਕਰ ਸਕਦਾ। ਇਹ ਤਾਂ ਇਤਨੀ ਵੱਡੀ ਪਾਰਟੀ ਹੈ, 100 ਸਾਲ ਪੁਰਾਣੀ ਪਾਰਟੀ ਹੈ, ਤੇ ਕੋਰ ਕਮੇਟੀ ਨੇ ਫੈਸਲਾ ਲਿਆ। 25 ਸਾਲ ਪੁਰਾਣੇ ਅਲਾਇੰਸ ਨੂੰ ਅੱਜ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਤੁਸੀਂ ਵੱਡੇ ਨੇਤਾ ਅਕਾਲੀ ਦਲ ਦੇ ਮਿਸ ਕਰ ਰਹੇ ਨੇ ਬੀਜੇਪੀ ਨੂੰ ਅੱਜ ਪੰਜਾਬ 'ਚ? ਕੋਈ ਵੀ ਰੀਜਨਲ ਪਾਰਟੀ ਹੋਵੇ ਉਹਨੂੰ ਨੈਸ਼ਨਲੀ ਕਿਸੇ ਨਾਲ ਅਲਾਈਨ ਕਰਨਾ ਪੈਂਦਾ ਹੈ। ਸਾਡੀ ਅਲਾਈਨਮੈਂਟ ਉਸ ਵੇਲੇ ਕੁਛ ਲੋਕਾਂ ਦੀ ਕਾਂਗਰਸ ਨਾਲ ਅਲਾਈਨਮੈਂਟ ਹੈ, ਸਾਡੀ ਕਦੀ ਕਾਂਗਰਸ ਨਾਲ ਅਲਾਈਨਮੈਂਟ ਹੋ ਨਹੀਂ ਸਕਦੀ। 84 ਦੇ ਬਾਅਦ ਜੋ ਕੁਛ ਹੋਇਆ, ਸਾਡੇ ਤਾਂ ਫੰਡਾਮੈਂਟਲ ਡਿਫਰੈਂਸਿਸ ਨੇ ਉਹਨਾਂ ਦੇ ਨਾਲ, ਜੋ ਕਤਲੇਆਮ ਉਹਨਾਂ ਨੇ ਕਰਵਾਇਆ, ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਸੋ ਬੀਜੇਪੀ ਦੇ ਨਾਲ ਸਾਡੀ ਇੱਕ ਅਲਾਇੰਸ ਚੱਲ ਰਹੀ ਸੀ, ਇਕਨੋਮਿਕ ਪੋਲਿਸੀਜ਼ ਦੇ ਉੱਤੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਡਿਫਰੈਂਸ ਨਹੀਂ ਸੀਗਾ। ਹਮੇਸ਼ਾ ਅਸੀਂ ਉਹਨਾਂ ਨੂੰ, ਤੁਸੀਂ ਦੇਖਿਆ ਹੋਣਾ, ਬਾਦਲ ਸਾਹਿਬ ਹਮੇਸ਼ਾ ਕਹਿੰਦੇ ਸੀ ਅਨਕੰਡੀਸ਼ਨਲ ਸਪੋਰਟ ਹੈ ਮੇਰੀ। ਲੇਕਿਨ ਉਹਦੇ ਬਾਅਦ ਇਹੋ ਜਿਹੀ ਗੱਲ ਹੋਵੇ ਤਾਂ ਫਿਰ ਅਸੀਂ ਕਿਸ ਤਰ੍ਹਾਂ ਉਸ ਤਰ੍ਹਾਂ? ਅੱਜ ਜੇ ਤੁਸੀਂ ਆਪ ਬਹਿੰਦੇ ਹੋਵੋਗੇ ਅਕਾਲੀ ਦਲ ਦੇ ਵੱਡੇ ਨੇਤਾ ਬਹਿੰਦੇ ਹੋਣਗੇ, ਵੈਸੇ ਤਾਂ ਸ਼ਾਇਦ ਤੁਸੀਂ ਨਾ ਦੱਸੋ, ਪੁੱਛਣੀ ਵੀ ਨਹੀਂ ਬਣਦੀ, ਪਰ ਫਿਰ ਵੀ ਪੁੱਛ ਲੈਂਦਾ ਕਿ ਉਦੋਂ ਮਿਸ ਕਰਦੇ ਹੈ ਕਿ ਹਾਂ ਯਾਰ ਬੀਜੇਪੀ ਨਾਲ ਹੁੰਦੇ ਜਾਂ ਸਾਨੂੰ ਇੱਥੇ ਫਾਇਦਾ ਹੋ ਸਕਦਾ ਸੀ, ਇੱਥੇ ਸਾਨੂੰ ਹੋਰ ਬੂਸਟ ਮਿਲ ਸਕਦਾ ਸੀ? ਮੈਂ ਸਮਝ ਰਿਹਾ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਅਸੀਂ ਕੋਈ ਕੈਬਨਿਟ ਪੋਜੀਸ਼ਨ ਨੂੰ ਮਿਸ ਕਰਦੇ ਹਾਂ, ਉਹ ਅਸੀਂ ਨਹੀਂ ਮਿਸ ਕਰਦੇ। ਨਹੀਂ ਮੈਂ ਪੰਜਾਬ 'ਚ ਵੀ ਪ੍ਰਚਾਰ ਨੂੰ ਲੈ ਕੇ ਵੀ, ਹੁਣ ਜਿੱਦਾਂ ਤੁਸੀਂ ਇਲੈਕਸ਼ਨ ਮੋਡ ਦੇ ਵਿੱਚ ਹੋ, ਕਈ ਜਗ੍ਹਾ 'ਤੇ ਤੁਹਾਨੂੰ ਲੱਗਦਾ ਹੋਏਗਾ ਜਦੋਂ ਤੁਹਾਡੇ ਸਰਵੇ ਚੱਲਦੇ ਹੋਣਗੇ, ਸੀਟਾਂ 'ਤੇ ਜਦੋਂ ਤੁਸੀਂ ਚਰਚਾਵਾਂ ਕਰਦੇ ਹੋਗੇ, ਉਦੋਂ ਮਿਸ ਕਰਦੇ ਨੇ ਕੋਈ ਅਕਾਲੀ ਦਲ ਦੇ ਵੱਡੇ ਨੇਤਾ? ਕਿਉਂਕਿ ਹੁਣ ਤਾਂ ਖੇਤੀ ਕਾਨੂੰਨ ਵੀ ਵਾਪਸ ਹੋ ਗਏ ਨੇ। ਉਹ ਮੈਂ ਤੁਹਾਨੂੰ ਜਿਸ ਤਰ੍ਹਾਂ ਬੜਾ ਸਾਫ਼ ਸਾਫ਼ ਦੱਸਿਆ, ਅਕਾਲੀ ਦਲ ਅਤੇ ਬਾਦਲ ਸਾਹਿਬ ਜਿਸ ਦਾ ਵੀ ਹੱਥ ਫੜਦਾ ਫਿਰ ਛੱਡਦਾ ਨਹੀਂ। ਹੁਣ ਸਾਡਾ ਸਮਝੌਤਾ BSP ਨਾਲ ਹੋ ਗਿਆ, ਪੋਸਟ ਪੋਲ ਅਲਾਇੰਸ ਨਹੀਂ ਹੋਏਗਾ ਜੇ ਨਤੀਜੇ
ਹੰਗ ਅਸੈਂਬਲੀ ਵੱਲ ਜਾਂਦੇ ਨੇ, ਮੰਨ ਲਓ ਤੁਹਾਨੂੰ ਜ਼ਿਆਦਾ ਸੀਟਾਂ, ਜਾਂ ਹੋਰ ਬੀਜੇਪੀ ਨੂੰ ਕੁਛ ਸੀਟਾਂ ਦੇ ਨਾਲ ਜੇ ਸਰਕਾਰ ਬਣਦੀ ਹੋਈ ਨਾ। ਗੁਜਰਾਲ ਸਾਹਿਬ ਜੋ ਪੰਜਾਬ ਦੇ ਵਿੱਚ ਅੱਜ ਚਰਚਾ ਚੱਲ ਰਹੀ ਆਮ ਆਮ ਲੋਕ ਆਪਸ 'ਚ ਚਰਚਾ ਕਰਦੇ, ਕਹਿੰਦੇ ਇਹ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵਾਲਿਆਂ ਦਾ ਪੋਸਟਪੋਲ ਹੋ ਜਾਣਾ, ਜੋ ਮਹਾਰਾਸ਼ਟਰ 'ਚ ਆਪਾਂ ਦੇਖਿਆ ਸੀਗਾ ਕਿ ਕੁਛ ਸੀਟਾਂ ਜੇ ਉਹਨਾਂ ਨੂੰ ਆ ਗਈਆਂ ਅਤੇ ਤੁਹਾਨੂੰ ਫਾਇਦਾ ਮਿਲਦਾ ਹੋਇਆ ਤਾਂ ਸਰਕਾਰ ਉਦੋਂ ਬਣੇਗੀ। ਹੁਣ ਗੁਜਰਾਲ ਸਾਹਿਬ ਕੀ ਕਹਿੰਦੇ ਨੇ, ਅਕਾਲੀ ਦਲ ਕੀ ਕਹਿੰਦੇ? ਮੈਂ ਜੋਤਿਸ਼ ਵਿੱਦਿਆ ਤਾਂ ਪੜ੍ਹਿਆ ਨਹੀਂ, ਲੇਕਿਨ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੀ ਜਨਤਾ ਸਾਨੂੰ ਪੂਰਾ ਬਹੁਮਤ ਦੇਵੇਗੀ। ਇੱਕ ਗੱਲ ਯਾਦ ਰੱਖੋ, ਅੱਜ ਕੱਲ੍ਹ ਤੁਸੀਂ ਵੇਖਿਆ ਹੋਣਾ ਕਿਸੇ ਵੀ ਇਲੈਕਸ਼ਨ ਵਿੱਚ ਇਸ ਪਾਸੇ ਜਾਂ ਉਸ ਪਾਸੇ ਜਨਤਾ ਕਲੀਅਰ ਵਰਡਿਕਟ ਦਿੰਦੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਸਾਨੂੰ ਪੂਰਾ ਪੂਰੀ ਮੈਜੋਰਿਟੀ ਮਿਲੇਗੀ, ਪੂਰਾ ਬਹੁਮਤ ਮਿਲੇਗਾ। ਚਲੋ ਆਪਾਂ ਪੰਜਾਬ 'ਤੇ ਹੀ ਆ ਜਾਂਦੇ ਹਾਂ, ਕਿਉਂਕਿ ਤੁਸੀਂ ਪ੍ਰਚਾਰ ਪਿਛਲੇ ਇੱਕ ਸਾਲ ਤੋਂ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਵੱਲੋਂ, ਪਹਿਲੇ ਇੱਕ ਸਾਲ ਪਹਿਲਾਂ ਹੀ ਕੈਂਡੀਡੇਟ ਅਨਾਊਂਸ ਹੋਣੇ ਲੱਗ ਪਏ, ਤੁਹਾਨੂੰ ਲੱਗਦਾ ਕਿ ਅਰਲੀ ਪ੍ਰਚਾਰ ਕਰਨਾ ਵੀ ਤੁਹਾਡੇ ਲਈ ਨੁਕਸਾਨਦਾਇਕ ਹੋਇਆ ਹੁਣ ਆ ਕੇ, ਕਿਉਂਕਿ ਉਸੇ ਨੂੰ ਮੁੱਦਾ ਬਣਾ ਕੇ ਜਿਹੜੇ ਕਾਂਗਰਸ ਦੇ ਵੱਡੇ ਨੇਤਾ ਸੀਗੇ ਉਹਨਾਂ ਨੇ ਹਾਈਕਮਾਂਡ ਨੂੰ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਤਾ, ਚਰਨਜੀਤ ਸਿੰਘ ਚੰਨੀ ਆ ਗਏ, ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ, ਪਾਪੂਲਰ ਲੀਡਰ ਇਸ ਵੇਲੇ ਬਣ ਗਏ, ਕਿਉਂਕਿ ਪ੍ਰਚਾਰ ਤੁਸੀਂ ਕਰ ਰਹੇ ਸੀ। ਬੇਸ਼ੱਕ ਉਹ ਤੁਹਾਡੇ ਪ੍ਰਚਾਰ ਤੋਂ ਕੈਂਪੇਨ ਤੋਂ ਡਰ ਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ, ਖੁਦ ਸੁਖਜਿੰਦਰ ਰੰਧਾਵਾ ਸਾਰੇ ਮੰਤਰੀ ਬਿਆਨ ਦਿੰਦੇ ਸੀਗੇ ਕਿ 100 ਦਿਨਾਂ ਲਈ ਸੁਖਬੀਰ ਬਾਦਲ ਘਰੋਂ ਬਾਹਰ ਨਿਕਲ ਗਏ ਨੇ ਅਤੇ ਆਪਾਂ ਘਰਾਂ ਦੇ ਵਿੱਚ ਬੈਠੇ ਹਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਤਾ। ਇਹ ਅਰਲੀ ਪ੍ਰਚਾਰ ਕਿੱਥੇ ਅੱਜ ਦੀ ਡੇਟ 'ਚ ਤੁਹਾਡੇ ਲਈ ਨੁਕਸਾਨਦਾਇਕ ਤਾਂ ਨਹੀਂ ਹੋਇਆ ਕਿ ਬਹੁਤ ਪਹਿਲਾਂ ਪ੍ਰਚਾਰ ਸ਼ੁਰੂ ਕਰਤਾ ਸੀ? ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਕਿਹਾ ਸੀ, ਲੋਕ ਬਹੁਤ ਸਮਝਦਾਰ ਨੇ, 4.5 ਸਾਲ ਇਹਨਾਂ ਨੇ ਕੋਈ ਵਾਅਦਾ ਨਹੀਂ ਨਿਭਾਇਆ। ਯਾਦ ਹੈ ਤੁਹਾਨੂੰ ਘਰ ਘਰ ਨੌਕਰੀ, ਸਾਰੇ ਕਰਜ਼ੇ ਮਾਫ, ਹੋਰ ਕੀ ਕਿਹਾ ਸੀ, ਸਭ ਨੂੰ ਟੈਬਲੇਟਸ ਦੇਵਾਂਗੇ, ਸਕਾਲਰਸ਼ਿਪਸ ਦੇਵਾਂਗੇ, ਜਿਹੜਾ ਪੜ੍ਹਿਆ ਲਿਖਿਆ ਬੰਦਾ ਘਰ ਬੈਠਾ ਹੈ ਉਹਨੂੰ ਹਰ ਮਹੀਨੇ ਅਲਾਊਂਸ ਦੇਵਾਂਗੇ। ਕੀ ਹੋਇਆ? ਲੋਕਾਂ ਨੇ ਵੇਖ ਲਿਆ ਕਿ ਸਭ ਕੁਛ ਇਹਨਾਂ ਦੀ ਸਾਰੀ ਰਾਜਨੀਤੀ ਝੂਠ ਦੇ ਉੱਤੇ ਨਿਰਧਾਰਿਤ ਸੀ। ਚਰਨਜੀਤ ਸਿੰਘ ਚੰਨੀ ਦੀ ਪਾਪੂਲੈਰਿਟੀ ਤੋਂ ਕੋਈ ਡਰ ਨਹੀਂ ਤੁਹਾਨੂੰ? ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ, ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸੀ ਗੱਲ, ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਉਹ ਨਾਂ ਵਿੱਚ ਹੈ ਸਿਰਫ, ਉਹ ਤਾਂ ਕਠਪੁਤਲੀ ਹੈ, ਉਹਦੀ ਡੋਰ ਤਾਂ ਦਿੱਲੀ ਹੈ, ਇਹ ਤਾਂ ਗੁਲਾਮ ਹੈ, ਹੁਕਮਰਾਨ ਤਾਂ ਦਿੱਲੀ ਬੈਠੇ ਨੇ। ਅਤੇ ਪੰਜਾਬ ਦੀ ਜਨਤਾ ਨੂੰ ਇਹ ਗੱਲ ਨਹੀਂ ਕਦੀ ਮਨਜ਼ੂਰ ਹੋਏਗੀ ਕਿ ਦਿੱਲੀ ਫੈਸਲਾ ਕਰੇ ਕਿ ਪੰਜਾਬ ਦੇ ਫੈਸਲੇ। ਇਹੀ ਉਹ ਗੱਲ ਆਪ ਦੀ ਵੀ ਹੈ, ਕੇਜਰੀਵਾਲ ਜੀ ਤਾਂ ਦਿੱਲੀ ਬੈਠੇ ਨੇ, ਉੱਥੋਂ ਡੋਰ ਖਿੱਚਣਾ ਚਾਹੁੰਦੇ ਨੇ। ਪੰਜਾਬੀ ਮੰਗਦਾ ਹੈ ਪੰਜਾਬੀ ਸਰਕਾਰ, ਪੰਜਾਬ ਦੀ ਸਰਕਾਰ ਜਿਹੜੀ ਪੰਜਾਬ ਦੇ ਹਿੱਤਾਂ ਦਾ ਸੋਚ ਸਕੇ, ਇੱਕ ਸਟਰੋਂਗ ਸਰਕਾਰ, ਇੱਕ ਸਟਰੋਂਗ ਪੰਜਾਬੀ ਦੀ ਸਰਕਾਰ। ਅਤੇ ਬਾਦਲ ਪਰਿਵਾਰ ਦੇ ਉੱਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ। ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਨੇ। ਦੂਜਾ, ਹਰ ਪੰਜਾਬੀ ਭਾਵੇਂ ਉਹ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਉਹਨਾਂ ਨੂੰ ਪਤਾ ਹੈ ਕਿ ਬਾਦਲ ਸਾਹਿਬ ਇਸ ਏਕਤਾ ਦੇ ਪ੍ਰਤੀਕ ਨੇ। ਜਿਸ ਵੇਲੇ ਵੀ ਅਸੀਂ ਉੱਥੇ ਰਹੇ ਹਾਂ ਪਾਵਰ ਵਿੱਚ, ਅਸੀਂ ਕਦੀ ਵੀ ਇਸ ਭਾਈਚਾਰੇ ਨੂੰ ਨਹੀਂ ਟੁੱਟਣ ਦਿੱਤਾ। ਇਹ ਇੱਕ ਹੋਰ ਗੱਲ ਹੈ ਜਿਹੜੀ ਸਾਡੀ ਫੇਵਰ ਵਿੱਚ ਜਾਂਦੀ ਹੈ ਕਿ ਹਰ ਜਿਹੜਾ ਸੈਕਸ਼ਨ ਹੈ ਪੰਜਾਬ ਦਾ, ਉਹਨਾਂ ਨੂੰ ਵਿਸ਼ਵਾਸ ਹੈ ਬਾਦਲ ਪਰਿਵਾਰ ਵਿੱਚ ਕਿ ਇਹ ਕੋਈ ਇਹੋ ਜਿਹੀ ਗੱਲ ਨਹੀਂ ਕਰਨਗੇ ਜਿਹਦੇ ਨਾਲ ਧਰਮ ਨਿਰਪੇਕਸ਼ਤਾ ਦੇ ਉੱਤੇ ਕੋਈ ਅਸਰ ਆਵੇ। ਇਹ ਇਲਜ਼ਾਮ ਤੁਹਾਡੇ 'ਤੇ ਵੀ ਤਾਂ ਲੱਗਦੇ ਰਹੇ, ਤੁਹਾਡੀ ਪਾਰਟੀ ਦੇ ਸੀਨੀਅਰ ਲੀਡਰ ਚਾਹੇ ਉਹ ਬ੍ਰਹਮਪੁਰਾ ਸਾਹਿਬ ਹੋਣ ਚਾਹੇ ਉਹ ਢੀਂਡਸਾ ਸਾਹਿਬ ਹੋਣ, 2017 ਤੋਂ ਬਾਅਦ ਉਹ ਹੁਣ ਉਹ ਵੀ ਤੁਹਾਡੇ ਨਾਲ ਨਹੀਂ ਹੈਗੇ, 2022 'ਚ ਵੀ ਤੁਹਾਡੇ ਨਾਲ ਨਹੀਂ ਹੋਣਗੇ। ਉਹ ਇਲਜ਼ਾਮ ਇਹ ਵੀ ਲਾਉਂਦੇ ਰਹੇ ਕਿ ਬਾਦਲ ਪਰਿਵਾਰ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਂਦਾ, ਬੇਸ਼ੱਕ ਤੁਸੀਂ ਦਿੱਲੀ ਵਾਲਿਆਂ ਦੀ ਗੱਲ ਕਰ ਰਹੇ ਹੋ, ਤੁਹਾਡੇ 'ਤੇ ਇਲਜ਼ਾਮ ਲੱਗਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ ਉਹ ਸਿਰਫ ਲੰਬੀ ਤੋਂ ਚੱਲ ਰਹੀ ਹੈ, ਬਾਦਲ ਤੋਂ ਚੱਲ ਰਹੀ ਹੈ, ਬਾਦਲ ਪਰਿਵਾਰ ਹੀ ਚਲਾ ਰਿਹਾ, ਅਤੇ ਉਹ ਨੁਕਸਾਨ ਨੂੰ ਕਿਵੇਂ ਪੂਰਾ ਕਰੋਗੇ? ਕਿਉਂਕਿ ਇਸ ਵਾਰੀ ਤੁਹਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਨਹੀਂ ਹੈਗੇ, ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਵੱਡੇ ਨੇਤਾ ਨਹੀਂ ਹੈ, ਸੇਵਾ ਸਿੰਘ ਸੇਖਵਾਂ ਤਾਂ ਚਲੋ ਇਸ ਦੁਨੀਆਂ 'ਚ ਨਹੀਂ ਰਹੇ ਪਰ ਉਹਨਾਂ ਦੇ ਬੇਟੇ ਵੀ ਹੁਣ ਆਮ ਆਦਮੀ ਪਾਰਟੀ ਵੱਲੋਂ ਲੜ ਰਹੇ, ਤਾਂ ਕੁਝ ਇਸ ਤਰ੍ਹਾਂ ਦੇ ਨੁਕਸਾਨ ਵੀ ਤਾਂ ਹੋਏ ਨੇ ਤੁਹਾਨੂੰ? ਦੇਖੋ, ਉਹ ਗਏ, ਮੈਨੂੰ ਬੜਾ ਅਫਸੋਸ ਹੈ, ਮੇਰੇ ਮਿੱਤਰ ਸੀ ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ, ਲੇਕਿਨ ਇਹ ਕਹਿਣਾ ਕਿ ਸਾਰੇ ਫੈਸਲੇ ਬਾਦਲ ਪਰਿਵਾਰ ਕਰਦਾ ਬਿਲਕੁਲ ਗਲਤ ਹੈ। ਸਾਡੀ ਹੁਣ ਕੋਰ ਕਮੇਟੀ ਬੜੀ ਸਟਰੋਂਗ ਹੈ, ਸਾਡੀ ਮੀਟਿੰਗਾਂ ਲਗਭਗ ਹਰ ਹਫ਼ਤੇ ਹੁੰਦੀਆਂ, ਸਾਰੇ ਸਭ ਕੁਝ ਡਿਸਕਸ ਹੁੰਦਾ, ਫਿਰ ਫੈਸਲੇ ਲਏ ਜਾਂਦੇ ਨੇ। ਹੁਣ ਕਈ ਵਾਰ ਕੀ ਹੁੰਦਾ ਕਿ ਕੋਈ ਜਾਤੀ ਡਿਫਰੈਂਸਿਸ ਹੋ ਜਾਂਦੇ ਨੇ, ਉਸ ਕਰਕੇ ਕੁਝ ਲੋਕ ਚਲੇ ਜਾਂਦੇ ਨੇ। ਅਫਸੋਸ ਦੀ ਗੱਲ ਹੈ, ਮੈਂ ਨਹੀਂ ਚਾਹੁੰਦਾ ਸੀ ਉਹ ਜਾਣ, ਲੇਕਿਨ ਇਹ ਹੋਇਆ। ਪਰ ਦੂਜੇ ਪਾਸੇ ਛੋਟੇ ਪੁਰਜੀ ਦੇ ਬੰਦੇ ਵੀ ਸਾਡੇ ਕੋਲ ਆ ਗਏ ਨੇ, ਅਤੇ ਇਹਦਾ ਮਤਲਬ ਉਹਨਾਂ ਨੂੰ ਕੁਛ ਸਾਡੇ ਵਿੱਚ ਕੋਈ 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 ਮੈਗਨੇਟ ਹੈ ਨਾ ਕਿ ਜਿਹੜਾ ਹੋਰ ਲੋਕਾਂ ਨੂੰ ਖਿੱਚ ਕੇ ਲੈ ਕੇ ਆ ਰਿਹਾ ਸਾਡੇ ਕੋਲ। ਆਮ ਹੁਣ ਚਰਚਾ ਇਹ ਹੋ ਗਈ ਹੈ ਕਿ ਅਕਾਲੀ ਦਲ ਜਿਸ ਤਰ੍ਹਾਂ
कैंपेन कर रहे हैं, जिस तरह से सारे कैंडिडेट अनाउंस करते हैं, जिस तरह असी गठबंधन कर लिया है कि इस वेले जिन्हों अंग्रेजी में कहते हैं पोल पोजिशन आ गए, पोल पोजिशन के आ गए, बी एस पी अलायंस होया, क्योंकि तुम उस वे चर्चावं आदि सी कि बी एस पी अलायंस करवा दे तो एक बड़ी वही भूमिका है। पिछले दिन ही आप देखिया कि बी एस पी नू 20 सीटा दे दित्तियां, पर सीटा च अदला बदली बड़ी होगी, शायद इस करके हुण तुहानू डिप्टी सीएम एक बी एस पी वालों ऐलानना पिया, क्योंकि यह भी चर्चावां शुरू हो गई कि तुसीं बी एस पी नू सिर्फ दिखावे दे लई अलायंस च लैंदा, जदों तुहानू सीटा बदलनी पैंदियां तुसीं सीटा भी उन्हां दी बदल रहे हो, चाहे सुजानपुर की हो जाए, चाहे मोहाली की सीट हो जाए, कुछ इस तरह की सीटा कपूरथला की सीट है। बीजेपी ਦੇ ਨਾਲ ਅਲਾਈਅੰਸ ਕਿਵੇਂ ਚੱਲ ਰਿਹਾ? ਦੇਖੋ ਠੀਕ ਚੱਲ ਰਿਹਾ ਕਿ ਕੁਝ ਡੈਮੇਜ ਹੋ ਰਿਹਾ ਸੀ ਉਹਨੂੰ ਠੀਕ ਕਰਨਾ ਪਿਆ? ਬਹੁਤ ਵਧੀਆ ਚੱਲ ਰਿਹਾ। ਹਰ ਅਲਾਈਅੰਸ ਹਮੇਸ਼ਾ ਦੇਖਦਾ ਰਹਿੰਦਾ ਹੈ ਕਿ ਕਿੱਥੇ ਫਾਇਦਾ ਨੁਕਸਾਨ ਹੈ। ਅਸੀਂ ਕੋਈ ਆਰਬਿਟਰੀ ਸੀਟਾਂ ਦੀ ਫੇਰ ਬਦਲ ਨਹੀਂ ਕਰਦੇ, ਉਹਨਾਂ ਨੂੰ ਪੁੱਛ ਕੇ ਕਰਨੇ ਆ, ਜਿੱਥੇ ਉਹਨਾਂ ਨੂੰ ਵੀ ਫਾਇਦਾ ਹੋ ਸਕੇ ਸਾਨੂੰ ਵੀ ਫਾਇਦਾ ਹੋ ਸਕੇ। ਜਿੱਥੇ ਤੱਕ ਡਿਪਟੀ ਚੀਫ ਮਿਨਿਸਟਰ ਦੀ ਤੁਸੀਂ ਗੱਲ ਕੀਤੀ, ਪਹਿਲੇ ਦਿਨ ਜਿਸ ਦਿਨ ਸਾਡੀ ਅਲਾਈਅੰਸ ਹੋਈ ਸੀ ਉਸੇ ਦਿਨ ਬਾਦਲ ਸਾਹਿਬ ਨੇ ਕਹਿ ਦਿੱਤਾ ਸੀ ਕਿ ਪੰਜਾਬ ਦਾ ਅਗਲਾ ਡਿਪਟੀ ਚੀਫ ਮਿਨਿਸਟਰ ਦਲਿਤ ਹੋਏਗਾ। ਹੁਣ ਅਸੀਂ ਹੋਰ ਕਲੈਰਿਟੀ ਦੇ ਦਿੱਤੀ ਹੈ ਕਿ ਉਹ ਬੀ ਐਸ ਪੀ ਦਾ ਹੋਏਗਾ, ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ। 2022 ਦੇ ਨਾਲ ਮੁਕਾਬਲਾ ਕਿਹਦੇ ਨਾਲ, ਆਮ ਆਦਮੀ ਪਾਰਟੀ ਨਾਲ ਹੈ ਜਾਂ ਕਾਂਗਰਸ ਨਾਲ ਹੈ? ਅੱਜ ਕਹਿਣਾ ਬੜਾ ਮੁਸ਼ਕਲ ਹੈ ਕਿਉਂਕਿ ਦੋਨਾਂ ਦੀ ਬੁਰੀ ਹਾਲਤ ਹੈ। ਤੁਸੀਂ ਸਾਰੇ ਤੁਸੀਂ ਬੜੇ ਪ੍ਰਭਾਵਿਤ ਸੀ ਆਮ ਆਦਮੀ ਪਾਰਟੀ ਤੋਂ ਅੱਜ ਤੋਂ 2 ਮਹੀਨੇ ਪਹਿਲੇ, ਅੱਜ ਤੁਸੀਂ ਉਹਨਾਂ ਦੀ ਦੁਰਦਸ਼ਾ ਦੇਖ ਰਹੇ ਹੋ। ਲੀਡਰਸ਼ਿਪ ਹੀ ਨਹੀਂ ਵਾਅਦੇ ਕਰਦੇ ਨੇ ਨਾ, ਮੇਰੀ ਗੱਲ ਸੁਣੋ, ਜਿਹੜੇ ਵਾਅਦੇ ਉਹ ਪੰਜਾਬ ਵਿੱਚ ਆ ਕੇ ਕਰਦੇ ਨੇ ਉਹ ਦਿੱਲੀ ਵਿੱਚ ਕਿਉਂ ਨਹੀਂ ਨਿਭਾਉਂਦੇ? ਉਹਨਾਂ ਨੇ ਦਿੱਲੀ ਕਿਉਂ ਨਹੀਂ ਹਰ ਔਰਤ ਨੂੰ 1,000 ਰੁਪਏ ਦਿੰਦੇ? ਦਿੱਲੀ ਕਿਉਂ ਨਹੀਂ ਸਾਰੇ ਇੰਪਲੋਈਜ਼ ਨੂੰ ਪਰਮਾਨੈਂਟ ਕਰਦੇ? ਅਤੇ ਜੇ ਦਿੱਲੀ ਮਾਡਲ ਇੱਥੇ ਲੈ ਕੇ ਆਉਣਾ ਹੈ, ਦਿੱਲੀ ਬਿਜਲੀ 7-8 ਰੁਪਏ ਯੂਨਿਟ ਹੈ, ਤਾਂ ਫਿਰ ਤਾਂ ਪੰਜਾਬ ਮਰ ਜਾਏਗਾ। ਸਾਨੂੰ ਇਹੋ ਜਿਹੇ ਮਾਡਲ ਚਾਹੀਦਾ ਹੀ ਨਹੀਂ। ਤੁਹਾਡੇ ਲਈ ਇਨਫ ਹੈ ਕਿ ਤੁਸੀਂ ਮਾਡਲ ਦਿੱਲੀ ਮਾਡਲ ਨੂੰ ਹੀ ਕੰਪੇਅਰ ਕਰਦੇ ਰਹੋ ਇੱਥੇ, ਪਰ ਉਹ ਇੱਥੇ ਇੱਕ ਪਾਸ ਉਹਨਾਂ ਦੀ ਸਟ੍ਰੈਟਜੀ ਅਲੱਗ ਹੈ, ਉਹ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਕਿ ਮੈਂ 1,000 ਰੁਪਇਆ ਵੀ ਦੇਵਾਂਗਾ, ਅਸੀਂ ਯੂਨਿਟ ਵੀ ਫ੍ਰੀ ਦੇਵਾਂਗੇ, ਹੈਲਥ ਵੀ ਫ੍ਰੀ ਦੇਵਾਂਗੇ, ਇੰਡਸਟਰੀ ਨੂੰ ਵੀ ਵਾਅਦੇ ਕਰ ਰਹੇ ਨੇ, ਇਹ ਕਿਸ ਤਰ੍ਹਾਂ ਦਾ ਕੰਪੈਰੀਜ਼ਨ ਇਨਫ ਹੈ ਕਿ ਤੁਹਾਡੇ ਲਈ, ਤੁਹਾਨੂੰ ਉਹਨਾਂ ਨੂੰ ਰੋਕਣ ਲਈ ਜਾਂ ਉਹਨਾਂ ਨੂੰ ਵੀਕ ਕਰਨ ਲਈ? 2 ਜਵਾਬ ਨੇ। ਇੱਕ ਤਾਂ ਲੋਕਾਂ ਨੂੰ ਗਲਤ ਸਮਝ ਆ ਗਈ ਹੈ, ਕਾਂਗਰਸ ਨੇ ਵੀ ਇਹੀ ਵਾਅਦੇ ਕੀਤੇ ਸੀ, ਘਰ ਘਰ ਨੌਕਰੀ, ਮਹੀਨੇ ਵਿੱਚ ਡਰੱਗ ਖਤਮ ਪੰਜਾਬ ਤੋਂ, ਸਾਰੇ ਮਾਫੀਆ ਖਤਮ ਹੋ ਜਾਣਗੇ। ਅੱਜ ਸਿੱਧੂ ਆਪ ਹੀ ਕਹਿ ਰਿਹਾ ਕਿ ਸੈਂਡ ਮਾਫੀਆ ਤਕੜਾ ਹੈ, ਬਾਕੀ ਮਾਫੀਆ ਤਕੜੇ ਨੇ। ਸੋ ਲੋਕਾਂ ਨੂੰ ਗੱਲ ਸਮਝ ਆ ਗਈ ਹੈ ਕਿ ਸਿਰਫ ਇਲੈਕਸ਼ਨ ਵੇਲੇ ਇਹੋ ਜਿਹਾ ਪ੍ਰਚਾਰ ਹੁੰਦਾ, ਇਹਦਾ ਮਤਲਬ ਕੁਛ ਨਹੀਂ। ਜੇ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸਭ ਕੁਛ ਦੇਣਾ ਹੀ ਸੀ, ਤਾਂ ਫਿਰ ਦਿੱਲੀ ਕਿਉਂ ਨਹੀਂ ਦਿੱਤਾ? ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਹੈ, ਅਤੇ ਦਿੱਲੀ ਵਾਲਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬੀ ਬਹੁਤ ਅਕਲਮੰਦ ਹੈ। ਗੁਜਰਾਲ ਸਾਹਿਬ, ਜਿਹੜੀ ਆਪਾਂ ਗੱਲ ਸ਼ੁਰੂਆਤ ਕੀਤੀ, ਤੁਸੀਂ ਇੱਕ ਦਾਅਵਾ ਕੀਤਾ ਕਿ ਬੀਜੇਪੀ ਨੇ 3% ਵੋਟ ਸ਼ੇਅਰ ਉਦੋਂ ਕਾਂਗਰਸ ਨੂੰ ਦਿੱਤਾ ਜੋ ਤੁਹਾਡਾ ਇੱਕ ਅੰਦਾਜ਼ਾ ਐਨਾਲਿਸਿਸ ਹੈ ਤੁਹਾਡਾ। ਇਸ ਵਾਰ ਫਿਰ ਜੇ ਆਮ ਆਦਮੀ ਪਾਰਟੀ ਨੂੰ ਪਿਛਲੀ ਵਾਰ 24% ਦੇ ਆਸ ਪਾਸ ਵੋਟ ਸ਼ੇਅਰ ਸੀਗਾ, ਇਹ ਬੀਜੇਪੀ ਨੂੰ ਇਸ ਵਾਰੀ ਵੀ ਡਰ ਹੋਏਗਾ? ਔਰ ਜੇ ਹੁਣ ਇਸ ਵਾਰੀ ਉਹਨਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਵੋਟ ਨਾ ਜਾਵੇ, ਤਾਂ ਹੁਣ ਇਸ ਵਾਰੀ ਕਿਤੇ ਨਾ ਸੈਟਿੰਗ ਹੋਏਗੀ ਫਿਰ ਬੀਜੇਪੀ ਦੀ? ਦੇਖੋ, ਮੈਂ ਬੀਜੇਪੀ ਦੀ ਰਣਨੀਤੀ ਦੇ ਉੱਤੇ ਕੋਈ ਕਮੈਂਟ ਨਹੀਂ ਕਰ ਸਕਦਾ, ਲੇਕਿਨ ਮੈਨੂੰ ਇਹ ਵਿਸ਼ਵਾਸ ਹੈ ਕਿ ਅਕਾਲੀ ਦਲ ਅਤੇ ਬੀ ਐਸ ਪੀ ਦਾ ਆਪਣਾ ਵੋਟ ਸ਼ੇਅਰ ਜਿਹੜਾ ਹੈ ਉਹ ਇਤਨਾ ਹਿਊਜ ਹੋਏਗਾ ਕਿ ਉਹਦੇ ਨਾਲ ਸਾਨੂੰ ਮੈਜੋਰਿਟੀ ਮਿਲ ਜਾਏਗੀ। ਸਾਨੂੰ ਅਸੀਂ ਕਿਉਂ ਕਿਸੇ ਹੋਰ ਪਾਸੇ ਵੇਖੀਏ? ਸਾਨੂੰ ਆਪਣਾ ਪ੍ਰੋਗਰਾਮ ਅਸੀਂ ਦੇਖ ਰਹੇ ਹਾਂ। ਬਾਦਲ ਸਾਹਿਬ ਨੇ ਜੋ ਕਦੀ ਕਦੀ ਵੀ, ਜਦ ਦੇ ਅੱਜ 5 ਵਾਰ ਮੁੱਖ ਮੰਤਰੀ ਬਣੇ ਨੇ, ਸ਼ੁਰੂ ਤੋਂ ਜਦ ਕਦੀ ਕੋਈ ਵਾਅਦਾ ਕੀਤਾ ਉਹ ਪੂਰਾ ਕੀਤਾ, ਭਾਵੇਂ ਉਹ ਮੁਫਤ ਬਿਜਲੀ ਸੀ, 200 ਯੂਨਿਟ, ਆਟਾ ਦਾਲ, ਸ਼ਗੁਨ, ਕੋਈ ਵੀ ਤੁਸੀਂ ਦੇਖ ਲਓ ਸਾਡੇ ਮੈਨੀਫੈਸਟੋ ਵਿੱਚ, ਬਾਦਲ ਸਾਹਿਬ ਜੋ ਅੱਜ ਵੀ ਉਹਨਾਂ ਨੇ ਮੀਟਿੰਗ ਵਿੱਚ ਕਿਹਾ ਕਿ ਮੈਂ ਸੁਖਬੀਰ ਨੂੰ ਕਿਹਾ ਕਾਕਾ ਕੋਈ ਐਸਾ ਵਾਅਦਾ ਨਾ ਕਰੀ ਜੋ ਪੂਰਾ ਨਾ ਹੋ ਸਕੇ, ਜੋ ਪੂਰਾ ਨਾ ਹੋ ਸਕੇ, ਕਿਉਂਕਿ ਉਹ ਕ੍ਰੈਡੀਬਿਲਿਟੀ ਦੇ ਸਵਾਲ ਆ ਜਾਂਦਾ। ਸਾਨੂੰ ਅਸੀਂ ਪੂਰੇ ਦੇਖ ਲਿਆ, ਹਿਸਾਬ ਕਿਤਾਬ ਕਰ ਲਿਆ ਕਿ ਅਸੀਂ ਜੋ ਵਾਅਦੇ ਕਰਾਂਗੇ ਉਹਦੇ ਲਈ ਪੈਸਾ ਕਿੱਥੋਂ ਆਏਗਾ। ਕੇਜਰੀਵਾਲ ਜੀ ਤਾਂ ਦੱਸਦੇ ਨਹੀਂ ਪੈਸਾ ਕਿੱਥੋਂ ਆਏਗਾ, ਖਰਚੇ ਦੀ ਗੱਲ ਕਰਦੇ ਨੇ। ਇਹ ਕ੍ਰੈਡੀਬਿਲਿਟੀ ਦੀ ਗੱਲ ਕਰ ਦਿਓ, ਇਸੇ ਕਰਕੇ ਹਮੇਸ਼ਾ ਚਾਹੇ ਕਾਂਗਰਸ ਦਾ ਪ੍ਰਚਾਰ ਅਕਾਲੀ ਦਲ ਦੇ ਖਿਲਾਫ ਹੀ ਰਿਹਾ, ਹੁਣ ਤੱਕ ਖਿਲਾਫ ਚੱਲ ਰਿਹਾ, ਬੇਸ਼ੱਕ ਤੁਹਾਡੀ ਸਰਕਾਰ ਗਈ ਨੂੰ ਵੀ 5 ਸਾਲ ਹੋਣ ਚੱਲੇ ਨੇ, ਆਮ ਆਦਮੀ ਪਾਰਟੀ ਦਾ ਵੀ ਪ੍ਰਚਾਰ ਸਿਰਫ ਤੁਹਾਡੇ ਵੱਡੇ ਲੀਡਰਾਂ ਦੇ ਖਿਲਾਫ ਰਹਿੰਦਾ ਜਾਂ ਤੁਹਾਡੇ ਖਿਲਾਫ ਹੀ ਰਹਿੰਦਾ, ਕਿਉਂ ਇਸ ਤਰ੍ਹਾਂ ਕਿਉਂਕਿ ਅਕਾਲੀ ਦਲ ਹੀ ਹਰ ਵਾਰ ਨਿਸ਼ਾਨੇ 'ਤੇ ਕਿਉਂ ਹੈ? ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਮੇਨ ਸਟ੍ਰੀਮ ਪਾਰਟੀ ਅਕਾਲੀ ਦਲ ਹੈ, ਪੰਜਾਬੀ ਪਾਰਟੀ ਅਕਾਲੀ ਦਲ ਹੈ। ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ, ਸਾਡੀ ਔਰਗਨਾਈਜੇਸ਼ਨ ਤੁਸੀਂ ਵੇਖ ਲਓ, ਸਾਡੇ ਵਰਕਰ ਵੇਖ ਲਓ ਕਿਤਨਾ ਉਹਨਾਂ ਵਿੱਚ ਉਤਸ਼ਾਹ ਹੈ,
ਤੇ ਡਰ ਤੇ ਉਹਨਾਂ ਨੂੰ ਅਕਾਲੀ ਦਲ ਦਾ ਹੈ ਤੇ ਇਸ ਕਰਕੇ ਸਾਡੇ ਉੱਤੇ ਨੈਚੁਰਲੀ ਅਕਾਲੀ ਦਲ ਨੂੰ ਹੋਰ ਵੀ ਫਾਇਦਾ ਹੋ ਗਿਆ ਕਿਉਂਕਿ ਪਿਛਲੇ 15-20 ਦਿਨ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਵਰਸਿਸ ਕਾਂਗਰਸ ਹੋ ਗਿਆ, ਕਾਂਗਰਸ ਔਰ ਚਾਹੇ ਉਹ ਨਵਜੋਤ ਸਿੰਘ ਸਿੱਧੂ ਜਾ ਕੇ ਦਿੱਲੀ ਦੇ ਧਰਨੇ ਲਾ ਰਹੇ ਨੇ, ਚਾਹੇ ਮਨੀਸ਼ ਸਿਸੋਦੀਆ ਇੱਥੇ ਆ ਕੇ ਸਰਕਾਰੀ ਸਕੂਲਾਂ ਦਾ ਨਿਰੀਖਣ ਕਰਦੇ ਨੇ, ਇੱਥੇ ਆ ਕੇ ਉਹ ਦਿਖਾ ਰਹੇ ਨੇ, ਅਤੇ ਜਿਹੜੀ ਲੜਾਈ ਹੈ ਉਹ ਹੁਣ ਕਾਂਗਰਸ ਵਰਸਿਸ ਆਮ ਆਦਮੀ ਪਾਰਟੀ ਦੇ ਨਾਲ ਹੋਈ ਪਈ ਹੈ। ਇਹਦੇ ਨਾਲ ਤੁਹਾਨੂੰ ਫਾਇਦਾ ਜਾਂ ਨੁਕਸਾਨ ਹੋਏਗਾ? ਜਾਂ ਅਕਾਲੀ ਜਾਂ ਤਾਂ ਅਕਾਲੀ ਦਲ ਅਤੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਦੋਵੇਂ ਪਾਰਟੀਆਂ ਅਕਾਲੀ ਦਲ 'ਤੇ ਨਿਸ਼ਾਨੇ ਸਾਧਦੇ ਰਹਿੰਦੀਆਂ ਸੀ ਕਿ ਹੋ ਸਕਦਾ ਕਿ ਤੁਸੀਂ ਸੇਫ ਫੀਲ ਕਰ ਰਹੇ ਹੋ ਕਿਉਂਕਿ ਤੁਹਾਡੇ ਤੋਂ ਜਿਹੜੀ ਕੁੰਡੀ ਹੈ ਦੋਨਾਂ ਦੀ ਹਟ ਗਈ, ਜਾਂ ਫਿਰ ਇਹਦਾ ਨੁਕਸਾਨ ਵੀ ਹੋ ਸਕਦਾ ਕਿ ਲੜਾਈ ਜਿਹੜੀ ਉਹ ਵਰਸਿਸ ਕਾਂਗਰਸ ਔਰ ਆਮ ਆਦਮੀ ਪਾਰਟੀ ਹੋ ਰਹੀ ਹੈ? ਉਹ ਤੁਹਾਨੂੰ ਯਾਦ ਹੈ ਬੱਚੇ ਹੁੰਦੇ ਸੀ ਕਿ ਕਹਾਣੀ ਸਕੂਲ 'ਚ ਪੜ੍ਹਦੇ ਸੀ ਕਿ ਦੋ ਬੰਦਰ ਇੱਕ ਰੋਟੀ ਲਈ ਲੜ ਰਹੇ ਸੀ ਅਤੇ ਬਿੱਲੀ ਨੂੰ ਬੁਲਾਇਆ ਅਤੇ ਬਿੱਲੀ ਰੋਟੀ ਲੈ ਕੇ ਚਲੀ ਗਈ, ਇਹਨਾਂ ਨੂੰ ਲੜਨ ਦਿਓ ਬੰਦਰਾਂ ਨੂੰ, ਰੋਟੀ ਅਸੀਂ ਖਾ ਲਵਾਂਗੇ ਆਰਾਮ ਨਾਲ, ਰੋਟੀ ਤੁਸੀਂ ਖਾ ਲਓਗੇ। ਅਤੇ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਈ ਹੈ, ਉਹ ਤੁਹਾਨੂੰ ਲੱਗਦਾ ਕਿ ਦੋ ਬਿੱਲੀਆਂ 'ਤੇ ਨਹੀਂ ਆ ਗਈਆਂ? ਦੇਖੋ ਉਹ ਸਭ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੀ ਜਿਹੜੀ ਅਲਾਇੰਸ ਹੈ ਉਹ ਇਨ ਏ ਵੇ ਨੋਨ ਸਟਾਰਟਰ ਹੈ, ਥੋੜ੍ਹੇ ਬਹੁਤ ਸੀਟਾਂ ਸ਼ਹਿਰਾਂ ਵਿੱਚ ਸ਼ਾਇਦ ਇਹਨਾਂ ਨੂੰ ਮਿਲ ਜਾਣ, ਪਰ ਮੇਰੇ ਹਿਸਾਬ ਨਾਲ ਸਭ ਕੁਛ ਮਿਲਾ ਕੇ 10 ਸੀਟਾਂ ਇਹਨਾਂ ਨੂੰ ਨਹੀਂ ਮਿਲਦੀਆਂ। ਬੀਜੇਪੀ ਬੀਜੇਪੀ ਪਲੱਸ ਕੈਪਟਨ ਸਾਹਿਬ ਅਲਾਇੰਸ ਪਲੱਸ ਸਪਲਿੰਟਰ ਗਰੁੱਪ ਆਫ ਅਕਾਲੀ ਦਲ। ਬਿਲਕੁਲ ਬਿਲਕੁਲ, ਤੁਸੀਂ ਕਾਂਗਰਸ ਨੂੰ ਔਰ ਆਮ ਆਦਮੀ ਪਾਰਟੀ ਨੂੰ ਦੱਸ ਸਕਦੇ ਹੋ ਕਿ ਤੁਹਾਡਾ ਐਨਾਲਿਸਿਸ ਜਾਂ ਤੁਹਾਡੇ ਸਰਵੇਸ ਕੀ ਕਹਿੰਦੇ? ਮੈਨੂੰ ਲੱਗਦਾ ਕਿ ਤੁਹਾਨੂੰ ਤੁਸੀਂ ਨਾ ਜਨਤਕ ਕਰੋ, ਪਰ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਸੀਟਾਂ ਜਾ ਸਕਦੀਆਂ, ਤੁਹਾਡਾ ਅੰਦਾਜ਼ਾ ਕੀ ਕਹਿੰਦਾ? ਉਹ ਗੱਲ ਠੀਕ ਹੈ ਕਿ ਤੁਸੀਂ ਜੋਤਿਸ਼ਨੀ ਹੋ ਜਾਂ ਲੋਕਾਂ ਦਾ ਜੋ ਫਤਵਾ ਹੋਏਗਾ ਉਹ ਤਾਂ 2022 ਦੇ ਵਿੱਚ ਹੀ ਪਤਾ ਲੱਗੇਗਾ, ਪਰ ਤੁਸੀਂ ਮੇਰੇ ਨਾਲ ਪਿਛਲੀ ਵਾਰੀ ਵੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਉਦੋਂ ਵੀ ਤੁਸੀਂ ਸਪਸ਼ਟ ਕੀਤਾ ਸੀ ਕਿ ਜੋ ਤੁਹਾਡੇ ਅੰਕੜੇ ਹੁੰਦੇ ਨੇ, ਕੀ ਲੱਗਦਾ ਤੁਹਾਨੂੰ ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਜਾ ਸਕਦੀਆਂ? ਮੇਰੇ ਕੌਨਫੀਡੈਂਸ ਤੋਂ ਗੱਲ ਜ਼ਾਹਿਰ ਨਹੀਂ, ਸਾਡਾ ਸਰਵੇ ਕੀ ਕਹਿ ਰਿਹਾ, ਮੈਂ ਉਹੀ ਕਹਿ ਰਿਹਾ ਥੋੜ੍ਹਾ ਜਨਤਕ ਕਰ ਰਹੇ ਮੈਂ, ਇਸੇ ਕਰਕੇ ਅਕਾਲੀ ਦਲ ਨੂੰ ਕਿੰਨੀ ਆ ਰਹੀ ਹੋਣੀ ਮੈਂ ਪੁੱਛ ਰਿਹਾ, ਬਾਕੀ ਦੋਵਾਂ ਨੂੰ ਕਿੰਨੀਆਂ ਜਾ ਰਹੀਆਂ ਨੇ? ਕਨਵਿੰਸਡ ਹੈਗੇ ਆ ਕਿ ਸਾਨੂੰ ਮੈਜੋਰਿਟੀ ਮਿਲ ਰਹੀ ਹੈ, ਸਾਨੂੰ ਕਿਸੇ ਦੀ ਲੋੜ ਨਹੀਂ, ਕਿਸੇ ਦੀ ਸਪੋਰਟ ਦੀ ਲੋੜ ਨਹੀਂ, ਸਾਨੂੰ ਕਲੀਅਰ ਕੱਟ ਮੈਜੋਰਿਟੀ ਮਿਲੇਗੀ। ਆਖਰੀ ਸਵਾਲ, ਨਰੇਸ਼ ਗੁਜਰਾਲ ਪੰਜਾਬ ਦੀ ਰਾਜਨੀਤੀ 'ਚ ਵਾਪਸੀ ਕਰ ਰਹੇ ਨੇ? ਦੇਖੋ ਮੈਂ ਕਦੀ ਵੀ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਸੀ, ਮੈਂ ਹਮੇਸ਼ਾ ਪਾਰਟੀ ਦਾ ਦਿੱਲੀ ਵਿੱਚ ਨੁਮਾਇੰਦਾ ਸੀ, ਉਹ ਰੋਲ ਮੇਰਾ ਹੁਣ ਵੀ ਰਹੇਗਾ। ਪਾਰਟੀ ਕਹਿੰਦੀ ਹੈ ਜਾਂ ਤੁਹਾਡੀ ਆਪਣੀ ਇੱਛਾ ਹੈ, ਤੁਸੀਂ ਆਪਾਂ ਜਲੰਧਰ ਹੀ ਬੈਠੇ ਹਾਂ ਕਿ ਜਲੰਧਰ ਤੁਹਾਡਾ ਹਰ ਬੰਦਾ ਧਰਤੀ ਹੈ ਤੁਹਾਡੀ, ਔਰ ਤੁਸੀਂ ਲੋਕ ਸਭਾ ਦੇ ਇਲੈਕਸ਼ਨ ਵੀ ਇੱਕ ਵਾਰੀ ਲੜੇ ਨੇ, ਔਰ ਨਹੀਂ ਦੇਖੋ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਹੁੰਦਾ ਉਹ ਦਿੱਲੀ ਲਈ ਹੁੰਦਾ। ਹਾਂ ਬਿਲਕੁਲ, ਦਿੱਲੀ ਲਈ ਕਦੀ, ਹੁਣ ਮੇਰੀ ਜਿਹੜੀ ਸੀਟ ਸੀ ਰਿਜ਼ਰਵ ਹੋ ਗਈ ਸੀ ਤੁਹਾਨੂੰ ਪਤਾ ਹੈ, ਬਿਲਕੁਲ ਜੇ ਕਦੀ ਵੀ ਇਹ ਰਿਜ਼ਰਵ ਨਾ ਰਹੀ ਤਾਂ ਮੈਂ ਫਿਰ ਆ ਕੇ ਲੜਾਂਗਾ, ਮੇਰਾ ਆਪਣਾ ਘਰ ਹੈ, ਮੇਰੀ ਆਪਣੀ ਸੀਟ ਹੈ, ਲੇਕਿਨ ਜੋ ਪਾਰਟੀ ਦੀ ਸੇਵਾ ਮੈਂ ਕਰ ਸਕਦਾ ਉਹ ਮੈਂ ਹਮੇਸ਼ਾ ਕਰਾਂਗਾ। ਗੁਜਰਾਲ ਸਾਹਿਬ, ਦੈਨਿਕ ਸਵੇਰਾ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ। ਇਹ ਸਨ ਸ਼੍ਰੋਮਣੀ ਅਕਾਲੀ ਦਲ ਤੋਂ ਰਾਜ ਸਭਾ ਮੈਂਬਰ ਪਾਰਲੀਮੈਂਟ ਨਰੇਸ਼ ਗੁਜਰਾਲ, ਜਿਨ੍ਹਾਂ ਨੇ ਬੇਬਾਕੀ ਦੇ ਨਾਲ ਅੱਜ ਦੱਸਿਆ ਔਰ ਕੌਨਫੀਡੈਂਟ ਨਜ਼ਰ ਆ ਰਹੇ ਨੇ ਕਿ 2022 ਦੇ ਵਿੱਚ ਲੋਕਾਂ ਦਾ ਜੋ ਰੁਝਾਨ ਹੈ ਜੋ ਇਸ ਵੇਲੇ ਪਤਾ ਲੱਗ ਰਿਹਾ ਉਹਦੇ ਮੁਤਾਬਕ ਤਾਂ ਅਕਾਲੀ ਦਲ ਨੂੰ ਮੈਜੋਰਿਟੀ ਮਿਲ ਰਹੀ ਹੈ, ਔਰ ਕਈ ਵੱਡੇ ਖੁਲਾਸੇ ਵੀ ਕੀਤੇ, ਕਈ ਵੱਡੇ ਦਾਅਵੇ ਵੀ ਕੀਤੇ, ਖੁਲਾਸੇ ਕੀਤੇ ਕਿ ਬੀਜੇਪੀ ਔਰ ਕੈਪਟਨ ਅਮਰਿੰਦਰ ਸਿੰਘ ਦੀ 2017 ਦੇ ਵਿੱਚ ਹੀ ਸਾਂਝ ਸੀਗੀ, 3% ਵੋਟ ਸ਼ੇਅਰ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ ਬੀਜੇਪੀ ਨੇ ਖੁਦ, ਔਰ ਦਾਅਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਜੋਰਿਟੀ ਦੀ ਗੱਲ ਕਰ ਰਹੇ ਨੇ, ਬਿੱਲੀ ਦੱਸ ਰਹੇ ਨੇ, ਦੋ ਬਾਂਦਰ ਲੜ ਰਹੇ ਨੇ, ਔਰ ਬਿੱਲੀ ਇਹ ਕਹਿ ਰਿਹਾ ਕਿ ਆਪਾਂ ਰੋਟੀ 2022 ਦੇ ਵਿੱਚ ਖਾਵਾਂਗੇ। ਫਿਲਹਾਲ ਹੁਣ ਇਹੀ ਦੇਖਣਾ ਕਿ 2022 ਦੇ ਵਿੱਚ ਲੋਕ ਕੀ ਫੈਸਲਾ ਸੁਣਾਉਣਗੇ, EVM 'ਤੇ ਕਿਸ ਪਾਰਟੀ ਦਾ ਬਟਨ ਦੱਬਦਾ, ਨਤੀਜਿਆਂ ਦਾ ਇੰਤਜ਼ਾਰ ਕਰਨਾ ਪਏਗਾ। ਕੈਮਰਾਮੈਨ ਕਾਕੂ, ਗੁਲਸ਼ਨ ਅਤੇ ਪਵਨ ਦੇ ਨਾਲ ਰਮਾਂਸ਼ੂ ਗਾਬਾ, ਦੈਨਿਕ ਸਵੇਰਾ TV।